ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਬੋਲ ਪੰਜਾਬੀ ਨੂੰ। ਬੋਲ ਪੰਜਾਬੀ ਨੂੰ ਦੇ ਬੁੱਧਵਾਰ ਵਾਲੇ ਦਿਨ ਦੀ ਤੁਹਾਨੂੰ ਇੰਤਜ਼ਾਰ ਹੁੰਦਾ, ਬੁੱਧਵਾਰ ਵਾਲੇ ਦਿਨ ਦਾ ਸਾਨੂੰ ਵੀ ਇੰਤਜ਼ਾਰ ਹੁੰਦਾ, ਜਦੋਂ ਫੋਰਟਨਾਈਟਲੀ ਅਸੀਂ ਆ ਜੁੜਦੇ ਹਾਂ ਬਾਂਸਲ ਇਮੀਗ੍ਰੇਸ਼ਨ ਦੇ ਹੈੱਡ ਆਫਿਸ ਦੇ ਵਿੱਚ, ਮੈਲਬਨ ਦੇ ਵਿੱਚੋਂ ਅਸੀਂ ਇਸ ਵਕਤ ਲਾਈਵ ਆ ਜੀ। ਹਰੇਕ ਫੋਰਟਨਾਈਟਲੀ ਤੁਹਾਡੇ ਤੀਕਰ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਅਪਡੇਟਸ ਹੁੰਦੀਆਂ ਨੇ, ਕੀ ਕੁਛ ਹੋਇਆ ਵਾਪਰਿਆ, ਕਿਉਂਕਿ ਜਿੰਨੀ ਛੇਤੀ ਮੈਲਬਨ ਦਾ ਮੌਸਮ ਬਦਲਦਾ ਉਨੀ ਛੇਤੀ ਮੈਲਬਨ ਦੀ ਇਮੀਗ੍ਰੇਸ਼ਨ ਬਦਲਦੀ ਆ। ਤੁਸੀਂ ਸਵੇਰੇ ਸੌਂ ਕੇ ਉੱਠਦੇ ਹੋ, ਇਮੀਗ੍ਰੇਸ਼ਨ ਦੇ ਰੂਲ ਹੋਰ ਹੁੰਦੇ ਨੇ, ਤੁਸੀਂ ਸ਼ਾਮ ਨੂੰ ਸੌਣ ਜਾ ਰਹੇ ਹੋ, ਇਮੀਗ੍ਰੇਸ਼ਨ ਦੇ ਰੂਲ ਹੋਰ ਜਾਂਦੇ ਨੇ। ਇਸ ਵਕਤ ਆਸਟ੍ਰੇਲੀਆ ਇਮੀਗ੍ਰੇਸ਼ਨ ਦਾ ਜਿਹੜਾ ਰੌਲਾ ਚੱਲ ਰਿਹਾ ਜੀ, ਉਹ ਕੋਈ ਨਵਾਂ ਰੌਲਾ ਨਹੀਂ ਵੈਸੇ ਤਾਂ, ਕਿਉਂਕਿ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਬਾਰੇ ਇਹ ਗੱਲ ਮਸ਼ਹੂਰ ਹੈ ਕਿ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਦਿਨੋ ਦਿਨ ਸਖ਼ਤ ਹੋ ਰਹੀ ਆ। ਉਸੇ ਸਖ਼ਤਾਈ ਦੇ ਚੱਲਦਿਆਂ ਜਿਹੜੇ ਹੁਣ ਨਵੇਂ ਰੂਲ ਆਏ ਨੇ, ਉਹ ਨਵੇਂ ਰੂਲ ਇਹ ਕਹਿ ਰਹੇ ਨੇ ਕਿ ਆਸਟ੍ਰੇਲੀਆ ਨੇ TRPR ਦੀ ਜਿਹੜੀ ਉਮਰ ਹੈ ਜੀ, ਉਹ ਹੁਣ ਘਟਾ ਦਿੱਤੀ ਆ। ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ, 485 ਬਾਰੇ ਵੀ ਗੱਲਾਂ ਹੋਣੀਆਂ ਨੇ, ਪਰ ਇਸ ਦੇ ਨਾਲ ਨਾਲ ਕੀ ਕੀ ਅਪਡੇਟਸ ਨੇ, ਕੀ ਕੀ ਨਵੀਆਂ ਜਾਣਕਾਰੀਆਂ ਆ ਰਹੀਆਂ ਨੇ ਤੁਹਾਡੇ ਲਈ, ਕੀ ਕੀ ਨਵੇਂ ਰਾਹ ਖੁੱਲ ਰਹੇ ਨੇ, ਜਿਹੜੇ ਨਵੇਂ ਰਾਹ ਬੰਦ ਹੋਏ ਨੇ ਉਹਨਾਂ ਨੂੰ ਤੁਸੀਂ ਕਿਵੇਂ ਖੋਲ ਸਕਦੇ ਹੋ, ਇਸ ਸਾਰੇ ਦੀ ਜਾਣਕਾਰੀ ਅੱਜ ਦੇ ਇਸ ਲਾਈਵ ਦੇ ਵਿੱਚ ਦੇਵਾਂਗੇ। ਆਓ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਇਮੀਗ੍ਰੇਸ਼ਨ ਮਾਮਲਿਆਂ ਦੇ ਡਾਕਟਰ, ਇਮੀਗ੍ਰੇਸ਼ਨ ਮਾਮਲਿਆਂ ਦੇ ਮਾਹਿਰ ਡਾਇਰੈਕਟਰ ਬਾਂਸਲ ਇਮੀਗ੍ਰੇਸ਼ਨ, ਮਿਸਟਰ ਅਜੇ ਬਾਂਸਲ ਦਾ। ਬਾਂਸਲ ਸਾਹਿਬ, ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਪ੍ਰੋਗਰਾਮ ਤੇ ਤੁਹਾਡੇ ਆਪਣੇ ਦਫ਼ਤਰ ਚ। ਧੰਨਵਾਦ ਜੀ ਸਾਹਿਬ, ਥੈਂਕ ਯੂ ਵੈਰੀ ਮਚ ਆਨ ਲਈ ਜੀ। ਸੋ ਦੋਸਤੋ, ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਇਸ ਵਕਤ ਅਜੇ ਬਾਂਸਲ ਜੀ ਨੇ, ਅਜੇ ਬਾਂਸਲ ਡਾਇਰੈਕਟਰ ਨੇ ਜੀ, ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟ ਦੇ ਮੈਲਬਨ ਦੇ ਹੈੱਡ ਆਫਿਸ ਦੇ ਵਿੱਚ ਇਹ ਬੈਠਦੇ ਨੇ, ਸਵੇਰ ਤੋਂ ਲਗਾਤਾਰ ਆ ਜਾਂਦੇ ਨੇ। ਇਸ ਵਕਤ ਵੀ ਅਸੀਂ ਇਹਨਾਂ ਨੂੰ ਪਰੇਸ਼ਾਨ ਕੀਤਾ ਹੋਇਆ, ਸ਼ਾਮ ਦੇ ਲਗਭਗ 7:30 ਦਾ ਟਾਈਮ ਹੋ ਚੁੱਕਿਆ ਜੀ, ਕਿ ਤੁਸੀਂ ਸਾਨੂੰ ਜ਼ਰੂਰ ਟਾਈਮ ਦਿਓ, ਕਿਉਂਕਿ ਜਿਹੜਾ ਇਹ ਇਨਫੋਰਮੇਸ਼ਨ ਸੈਸ਼ਨ ਹੈ ਮਨਸੂ ਸਾਹਿਬ, ਇਹ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਇਹ ਸਾਡੇ ਕਿਸੇ ਫਾਇਦੇ ਲਈ ਨਹੀਂ, ਇਹਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਬਾਂਸਲ ਇਮੀਗ੍ਰੇਸ਼ਨ ਦਾ ਕੋਈ ਬਹੁਤ ਵੱਡਾ ਫਾਇਦਾ ਹੁੰਦਾ ਹੋਵੇ, ਮੈਨੂੰ ਨਹੀਂ ਲੱਗਦਾ ਕਿ ਇਸ ਤਰੀਕੇ ਦੇ ਨਾਲ ਅਸੀਂ ਕੋਈ ਲਾਈਨ ਲਾਈਟ ਦੇ ਵਿੱਚ ਆਈਏ, ਪਰ ਸਾਨੂੰ ਜਿਹੜੀਆਂ ਦੁਆਵਾਂ, ਸਾਨੂੰ ਜਿਹੜੇ ਆਸ਼ੀਰਵਾਦ ਸੁਨੇਹਿਆਂ ਦੇ ਰੂਪ ਦੇ ਵਿੱਚ ਮਿਲਦੇ ਨੇ ਨਾ, ਜਿਹੜੀਆਂ ਦੁਆਵਾਂ ਤੁਹਾਨੂੰ ਸਾਡੇ ਕੋਲ ਆਉਂਦੀਆਂ ਨੇ ਕਿ ਬਾਂਸਲ ਸਾਹਿਬ ਉਹਨਾਂ ਕੋਲ ਸਾਡਾ ਇਹ ਸੁਨੇਹਾ ਲਾ ਦਿਓ। ਬਹੁਤ ਸਾਰੇ ਮੇਰੇ ਦੋਸਤ ਜਿਹੜੇ ਨਿੱਜੀ ਤੌਰ ਤੇ ਸ਼ਾਇਦ ਤੁਹਾਨੂੰ ਵੀ ਜਾਣਨ ਲੱਗ ਗਏ ਨੇ, ਕਿਉਂਕਿ ਹੁਣ ਤੁਹਾਡੇ ਕੋਲ ਆਉਂਦੇ ਨੇ, ਕੰਮ ਕਰਦੇ ਨੇ, ਉਹਨਾਂ ਦੇ ਮੈਨੂੰ ਵਾਕਈ ਸੁਨੇਹੇ ਮਿਲਦੇ ਨੇ। ਅੱਜ ਵੀ ਕਿਸੇ ਨਾਲ ਗੱਲ ਹੋ ਰਹੀ ਸੀ, ਅੱਜ ਵੀ ਤੁਹਾਡੀ ਕਾਬਲੀਅਤ, ਤੁਹਾਡੀ ਮਿਹਨਤ ਦਾ ਜ਼ਿਕਰ ਹੋ ਰਿਹਾ ਸੀਗਾ, ਤੇ ਉਹ ਹੀ ਗੱਲ ਕਰ ਰਹੇ ਸੀਗੇ ਕਿ ਅਜੇ ਬਾਂਸਲ ਜਿੱਥੇ ਆਪਣੀ ਫੀਲਡ ਦੇ ਵਿੱਚ ਮਾਹਿਰ ਹੈਗੇ ਨੇ, ਪਰ ਉਸ ਦੇ ਨਾਲ ਉਹ ਕਿਸੇ ਨੂੰ ਕੋਈ ਵਾਧੂ ਘਾਟੂ ਸਲਾਹ ਨਹੀਂ ਦਿੰਦੇ। ਉਹ ਕਹਿੰਦੇ ਟੂ ਬੀ ਵੈਰੀ ਓਨੈਸਟਲੀ, ਅੱਜ ਕਿਸੇ ਮੈਲਬਨ ਦੇ ਹੀ ਕਿਸੇ ਬਿਜ਼ਨਸ ਭਾਈਚਾਰੇ ਨਾਲ ਸੰਬੰਧਿਤ ਆਪਣੇ ਮਿੱਤਰ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਅਜੇ ਸਾਹਿਬ ਵੀ ਇਹ ਇੱਕ ਖਾਸੀਅਤ ਜ਼ਰੂਰ ਹੈ ਕਿ ਕਿਸੇ ਨੂੰ ਉਹ ਕੋਈ ਚੱਟ ਵੀ ਸਲਾਹ ਨਹੀਂ ਦਿੰਦੇ, ਜਿੰਨਾ ਜਿਹੜਾ ਕੇਸ ਬੋਲਦਾ ਉਸੇ ਦੇ ਵਿੱਚ ਰਹਿ ਕੇ। ਤੇ ਬਾਕੀ ਦੂਸਰੀ ਗੱਲ, ਇੱਕ ਗੱਲ ਉਹਨਾਂ ਨੇ ਹੋਰ ਕਹੀ, ਮੈਨੂੰ ਨਹੀਂ ਪਤਾ ਕਿਉਂਕਿ ਮੈਂ ਤਾਂ ਅਜੇ ਤੱਕ ਬਾਂਸਲ ਸਾਹਿਬ ਉਹਨਾਂ ਨੂੰ ਕਦੇ ਪੈਸੇ ਨਹੀਂ ਦਿੱਤੇ, ਪਰ ਬਾਂਸਲ ਸਾਹਿਬ ਉਹਨਾਂ ਦੀ ਉਹ ਕਹਿ ਰਿਹਾ ਸੀ ਕਿ ਫੀਸ ਬਹੁਤ ਜਾਇਜ਼ ਹੈ। ਸੋ ਇਸ ਲਈ ਵੀ ਤੁਹਾਡਾ ਸ਼ੁਕਰੀਆ ਜੀ, ਅਸੀਂ ਇਨਫੋਰਮੇਸ਼ਨ ਸੈਸ਼ਨ ਤੁਹਾਡੇ ਲਈ ਲੈ ਕੇ ਆਉਂਦੇ ਹਾਂ, ਜਾਣਕਾਰੀਆਂ ਦਿੰਦੇ ਹਾਂ ਜੀ। ਮਤਲਬ ਅੱਜ ਜਦੋਂ ਆਪਾਂ ਪ੍ਰੋਗਰਾਮ ਕਰਨਾ ਸੀ ਨਾ, ਤਾਂ ਮੈਨੂੰ ਅੱਜ ਦੇ ਪ੍ਰੋਗਰਾਮ ਦਾ ਜਦੋਂ ਗੱਲਬਾਤ ਹੋ ਰਹੀ ਸੀ ਆਪਣੀ ਟੀਮ ਦੇ ਨਾਲ, ਟਾਈਟਲ ਪਤਾ ਲੱਗਿਆ ਤੇ ਟਾਈਟਲ ਸੁਣ ਕੇ ਮੈਂ ਵੀ ਇੱਕਦਮ, ਮੈਂ ਕਿਹਾ ਵੀ ਅੱਜ ਕੱਲ੍ਹ ਤਿਉਹਾਰ ਹੋ ਰਿਹਾ, ਇਸ ਟਾਈਟਲ ਦਾ ਕ੍ਰੈਡਿਟ ਜੀ ਜਿਹਦੇ ਵਿੱਚ ਅਸੀਂ ਕਹਿ ਰਹੇ ਹਾਂ ਕਿ 485 ਦਾ ਕਹਿਣਾ ਅਸੀਂ ਨਹੀਂ ਤੇਰੇ ਨਾਲ ਰਹਿਣਾ। ਸੋ ਇਹ ਸਾਰੀ ਜਿਹੜੀ ਆਮਦ ਹੋ ਰਹੀ ਹੈ ਨਾ ਅੱਜ ਕੱਲ੍ਹ, ਜਿਹੜੇ ਸਾਡੇ ਅਰੁਣ ਬਾਂਸਲ ਨੇ
ਉਹਨਾਂ ਨੂੰ ਹੋ ਰਹੀ ਆ ਬਹੁਤ ਸਤਿਕਾਰਯੋਗ, ਕਿਉਂਕਿ ਅਰੁਣ ਹੋਣਾ ਦਾ ਜਿਹੜਾ ਸੰਬੰਧ ਹੈ ਜੀ ਉਹ ਕਲਾਕਾਰਾਂ ਨਾਲ, ਸ਼ਾਇਰਾਂ ਨਾਲ ਤੇ ਉਹਨਾਂ ਦੀ ਸੰਗਤ ਕਮਾਂਡ ਦੇ ਰਹਿੰਦੇ ਨੇ, ਤੇ ਉੱਥੋਂ ਹੀ ਮੈਨੂੰ ਲੱਗਦਾ ਜਿਹੜੀਆਂ ਆ ਰਹੀਆਂ ਨੇ ਬਿਲਕੁਲ। ਸੋ ਦੋਸਤੋ ਜੇਕਰ ਤੁਹਾਡਾ ਵੀ ਸੰਬੰਧ ਹੈ ਜੀ 485 ਦੇ ਨਾਲ, ਤੁਸੀਂ ਅੱਜ ਦੇ ਇਸ ਲਾਈਵ ਸੈਸ਼ਨ ਦੇ ਵਿੱਚ ਸਾਨੂੰ ਆਪਣਾ ਸਵਾਲ ਭੇਜ ਸਕਦੇ ਹੋ, ਪੁੱਛ ਸਕਦੇ ਹੋ, ਜਾਣਕਾਰੀ ਜੇਕਰ ਤੁਹਾਨੂੰ ਕੋਈ ਚਾਹੀਦੀ ਆ ਤਾਂ ਵਟਸਐਪ ਨੰਬਰ ਮੈਂ ਜਿਵੇਂ ਹਮੇਸ਼ਾ ਕਹਿੰਦਾ ਹੁੰਦਾ ਨੋਟ ਕਰ ਲਵੋ, ਜੇਕਰ ਤੁਸੀਂ ਇਸ ਪ੍ਰੋਗਰਾਮ ਨੂੰ ਲਾਈਵ ਦੇਖਣ ਤੋਂ ਖੁੰਝ ਗਏ ਸੀ ਤਾਂ 0406-660-960 ਇਸ ਨੰਬਰ ਤੇ ਤੁਸੀਂ ਵਟਸਐਪ ਕਰਕੇ ਜਾਣਕਾਰੀ ਲੈ ਸਕਦੇ ਹੋ, ਅਪਾਇੰਟਮੈਂਟ ਬਣਾ ਸਕਦੇ ਹੋ ਬਾਂਸਲ ਇਮੀਗ੍ਰੇਸ਼ਨ ਉਹਨਾਂ ਦੀ ਟੀਮ ਨਾਲ www.bansalimmigration.com.au ਤੇ ਜਾ ਕੇ ਆਪਣੀ ਜਾਣਕਾਰੀ ਆ ਜਿਹੜੀ ਤੁਸੀਂ ਉਸ ਦੇ ਬਾਰੇ ਸਵਾਲ ਪੁੱਛ ਸਕਦੇ ਹੋ। ਹੋਰ ਵੀ ਬਹੁਤ ਸਾਰੀਆਂ ਗੱਲਾਂ ਹੋਣੀਆਂ ਜੀ ਸਾਡੇ ਦਰਸ਼ਕਾਂ ਦੀ ਜਾਣਕਾਰੀ ਲਈ, ਪਹਿਲਾਂ ਤਾਂ ਆਪਾਂ ਇੱਥੇ ਆ ਜਾਈਏ ਜੀ। ਜਿਹੜਾ ਵੱਡਾ ਰੌਲਾ ਚੱਲ ਰਿਹਾ ਜੀ ਮਾਰਕੀਟ ਦੇ ਵਿੱਚ ਉਹ ਇਹ ਰੌਲਾ ਕਿ ਹੁਣ ਟੀ ਆਰ ਦੀ ਜਿਹੜੀ ਉਮਰ ਹੈ ਜੀ ਉਹ ਹੁਣ 35 ਕਰ ਦਿੱਤੀ ਗਈ ਹੈ ਜੀ। ਇਹ ਕੀ ਆ ਜੀ, ਪਹਿਲਾਂ ਕਿਵੇਂ ਸੀਗਾ ਤੇ ਹੁਣ ਇਸ ਦਾ ਫਰਕ ਕਿਵੇਂ ਪੈਣਾ ਜੀ? ਹਾਂਜੀ, ਦੇਖੋ ਟੀ ਆਰ ਦੀ ਜਿਹੜੀ ਏਜ ਲਿਮਿਟ ਆ ਇਹਨਾਂ ਨੇ ਲਾਸਟ ਈਅਰ ਦੇ ਵਿੱਚ ਅਨਾਊਂਸ ਕੀਤੀ ਸੀਗੀ, ਜਿਹਦੇ ਵਿੱਚ ਪਹਿਲਾਂ ਟੀ ਆਰ ਦੀ ਉਮਰ ਹੁੰਦੀ ਸੀਗੀ 50 ਤਾਂ ਕੋਈ ਵੀ 50 ਤੱਕ ਦਾ ਬੰਦਾ ਟੀ ਆਰ ਪਾ ਸਕਦਾ ਸੀ ਜੀ। ਪਰ ਹੁਣ ਪਾਰਲੀਮੈਂਟ ਆ ਜਿਹੜੀ ਕਿ ਮੋਰ ਲਾਈਕਲੀ ਹੋ ਜਾਣੀ ਹੈ, ਜਦੋਂ ਇਹ ਚੀਜ਼ ਹੋ ਜੂਗੀ ਤਾਂ 1 ਜੁਲਾਈ 2024 ਤੋਂ ਬਾਅਦ ਜਿਹੜੀ ਉਮਰ ਆ ਉਹ ਘੱਟ ਕੇ 35 ਰਹਿ ਜਾਊਗੀ। ਤਾਂ ਜੇ ਤੁਹਾਡੀ ਉਮਰ ਆਸਟ੍ਰੇਲੀਆ ਦੇ ਵਿੱਚ 35 ਜਾਂ 35 ਤੋਂ ਵੱਧ ਆ ਤਾਂ ਤੁਸੀਂ ਅਨਫੋਰਚੁਨੇਟਲੀ ਟੀ ਆਰ ਨਹੀਂ ਪਾ ਸਕੋਗੇ ਜੀ। ਉਸ ਤੋਂ ਇਲਾਵਾ ਵੀ 23 ਮਾਰਚ ਨੂੰ ਵੀ ਥੋੜੀਆਂ ਚੇਂਜਿਸ ਆਈਆਂ ਸੀ, ਜਿਹੜੇ ਕਿ 23 ਮਾਰਚ ਨੂੰ ਇਹਨਾਂ ਨੇ ਇੰਗਲਿਸ਼ ਦੀ ਰਿਕੁਆਇਰਮੈਂਟ ਚੇਂਜ ਕਰ ਦਿੱਤੀ ਸੀਗੀ ਜੀ। ਕਹਿੰਦੇ ਆਸਟ੍ਰੇਲੀਆ ਦੇ ਵਿੱਚ ਟੀ ਆਰ ਦੇ ਲਈ ਰਿਕੁਆਇਰਮੈਂਟ ਹੁਣ 6.5 ਬੈਂਡ ਆ ਜੀ ਓਵਰਆਲ, ਪੀ ਟੀ ਦੇ ਵਿੱਚ 57 ਤੇ ਆਈਲੈਂਡ ਦੇ ਵਿੱਚ 6.5 ਬੈਂਡ ਆ ਜੀ, ਤੇ ਇਹਦੀ ਵੈਲਿਡਿਟੀ ਵੀ ਘਟਾ ਕੇ ਸਿਰਫ 1 ਕਰ ਦਿੱਤੀ ਗਈ ਹੈ ਜੀ। ਤਾਂ ਉਹ ਚੀਜ਼ਾਂ ਇੰਪਲੀਮੈਂਟ ਹੋ ਚੁੱਕੀਆਂ ਨੇ ਤੇ ਜਿਹੜੀ ਏਜ ਵਾਲੀ ਚੀਜ਼ ਹੈ ਢਿੱਲੋ ਸਾਹਿਬ ਜੀ ਉਹ ਜਿਹੜੀ ਆ 1 ਜੁਲਾਈ 2024 ਤੋਂ ਅਪਲਾਈ ਹੋ ਜਾਣੀ ਹੈ ਜੀ। ਮਤਲਬ ਇੱਕ ਵੱਡਾ ਚੇਂਜ ਹੈ ਜੀ, ਕਿਉਂਕਿ ਹੋਰ ਵੀ ਬਹੁਤ ਸਾਰੇ ਚੇਂਜ ਆਉਂਦੇ ਨੇ ਪਰ ਇਸ ਦਾ ਸਿੱਧਾ ਇਫੈਕਟ ਹੋਣਾ, ਕਿਉਂਕਿ ਕਦੇ ਕਦੇ ਤਾਂ ਉਦੋਂ ਸਾਨੂੰ ਇਹ ਲੱਗਦਾ ਸੀਗਾ ਵੀ ਕੋਈ ਨੀ ਏਜ ਬ੍ਰੈਕਟ ਹੈ ਨਾ ਵੀ ਹਜੇ ਸਾਨੂੰ ਕਰਨੀ ਰਹੀ। ਪਰ ਜੇਕਰ ਇਸ ਤੋਂ ਪਹਿਲਾਂ ਕਿ ਆਪਾਂ ਦਰਸ਼ਕਾਂ ਨੂੰ ਆਪਰੇਟਸ ਬਾਰੇ ਜਾਣਕਾਰੀ ਦਈਏ, ਜੇਕਰ ਇੱਕ ਮੈਂ ਨੋਰਮਲ ਸਵਾਲ ਤੁਹਾਨੂੰ ਪੁੱਛਾਂ, ਤੁਹਾਨੂੰ ਕੀ ਲੱਗਦਾ ਜੀ ਕਿੰਨਾ ਕੁ ਵੱਡਾ ਜਿਹੜਾ ਇਹ ਡਿਫਰੈਂਸ ਪੈਦਾ ਕਰੂਗਾ, ਜਿਹੜਾ ਇਹ ਰੂਲ ਜਿਹੜਾ ਚੇਂਜ ਹੋਇਆ ਹੁਣ? ਡਾਕਟਰ ਬਹੁਤ ਜ਼ਿਆਦਾ ਵੱਡਾ ਫਰਕ ਪੈਦਾ ਕਰੂਗਾ ਜੀ, ਕਿਉਂਕਿ ਇਹਦੇ ਨਾਲ ਕੀ ਹੈ ਕਿ ਡਰ ਦਾ ਮਾਹੌਲ ਬਣਾਇਆ ਜਾ ਰਿਹਾ। ਬੇਸਿਕਲੀ ਇਹ ਆਸਟ੍ਰੇਲੀਆ ਨੂੰ ਕਿ ਇਹਨਾਂ ਨੇ ਲਾਫਿੰਗ ਸਟਾਕ ਬਣਾ ਦਿੱਤਾ ਵਰਲਡ ਮਾਰਕੀਟ ਦੇ ਵਿੱਚ, ਤੇ ਬਹੁਤੇ ਲੋਕ ਜਿਹੜੇ ਕਿ ਬਹੁਤ ਟੈਲੈਂਟਡ ਤੇ ਪੜ੍ਹੇ ਲਿਖੇ ਲੋਕ ਹੁਣ ਆਸਟ੍ਰੇਲੀਆ ਵਿੱਚ ਨਹੀਂ ਆਉਣਾ ਚਾਹੁੰਦੇ ਜੀ, ਕਿਉਂਕਿ ਉਹਦਾ ਰੀਜ਼ਨ ਕੀ ਹੈ ਜੀ, ਜਿਹੜੇ ਨੋਰਮਲੀ ਮਾਸਟਰ ਜਾਂ PhD ਕਰਦੇ ਨੇ ਜਿਹਨਾਂ ਕੋਲ ਥੋੜਾ ਬਹੁਤ ਐਕਸਪੀਰੀਅੰਸ ਹੁੰਦਾ, ਉਹ ਆਉਂਦੇ ਹੀ 32-33 ਦੇ ਹੋ ਜਾਂਦੇ ਨੇ। ਸਟੋਰੀ ਜਦੋਂ 2-3 ਸਾਲ ਪੜ੍ਹ ਕੇ ਟੀ ਆਰ ਨਹੀਂ ਮਿਲੀ ਤਾਂ ਉੱਥੇ ਕਰਨ ਕੀ ਆਉਣਗੇ ਜੀ ਉਹਨੇ? ਹੁਣ ਆਸਟ੍ਰੇਲੀਆ ਦੇ ਵਿੱਚ ਕੋਈ ਪੁੱਛਦਾ ਜੀ ਆਈਲੈਂਡ ਦੀ ਵੈਲਿਡਿਟੀ ਕਿੰਨੀ ਆ, ਤਾਂ ਟੀ ਆਰ 1 ਸਾਲ, ਸਟੂਡੈਂਟ ਵੀਜ਼ੇ ਲਈ 2 ਸਾਲ ਤੇ PR ਲਈ 3 ਸਾਲ ਜੀ। ਬੈਂਡ ਰਿਕੁਆਇਰਮੈਂਟ ਕਿੰਨੀ ਆ, ਸਟੂਡੈਂਟ ਵੀਜ਼ੇ ਲਈ 6, ਟੀ ਆਰ ਲਈ 6.5 ਤੇ PR ਲਈ 6 ਈਚ, ਤੇ ਮਤਲਬ ਕਿ ਵੀ ਹਰ ਤੇ PR ਦੀ ਏਜ 45 ਸਾਲ, ਟੀ ਆਰ ਦੀ ਉਮਰ 35 ਸਾਲ, ਤਾਂ ਇਟ ਹੈਜ਼ ਬਿਕਮ ਅ ਜੋਕ ਭਾਜੀ। ਮਤਲਬ ਕਿ ਵੀ ਤੇ ਇਹਦੇ ਨਾਲ ਖਾਸ ਕਰਕੇ ਜਿਹੜੇ ਸਾਡੇ ਕੋਲ ਅੱਜ ਵੀ ਮੇਰੇ ਕੋਲ ਕਲਾਇੰਟ ਆਏ ਸੀ ਜਿਹੜੇ PhD ਕਰ ਰਹੇ ਨੇ, ਦੇ ਆਰ ਨੀਅਰਲੀ 36-37 ਜੀ, ਕਿਉਂਕਿ ਉਸ ਤੋਂ ਪਹਿਲਾਂ ਤਾਂ ਬੰਦਾ ਘਰੇਲੂ ਚਮੇਲੀਆਂ ਸੈਟਿੰਗ ਵੈਟਿੰਗ ਤੋਂ ਹੀ ਨਹੀਂ ਬਾਹਰ ਨਿਕਲਦਾ, ਤੇ ਜਦ ਨੂੰ PA ਦੀ ਏਜ ਚ ਪਹੁੰਚਦਾ ਤਾਂ ਉਦੋਂ ਉਹਨਾਂ ਦੀ ਉਮਰ ਇਹਨਾਂ ਦੇ ਹਿਸਾਬ ਨਾਲ ਲੰਘ ਜਾਂਦੀ ਹੈ। ਪਰ ਇਹ ਦੂਸਰੇ ਪਾਸੇ ਬੰਸ ਸਾਹਿਬ ਇਹ ਵੀ ਹੈ ਨਾ ਜੀ, ਇੱਕ ਤਰ੍ਹਾਂ ਦੀ ਦੋਗਲੀ ਨੀਤੀ ਤੇ ਜਿਹੜੀ ਆਸਟ੍ਰੇਲੀਆ ਇਮੀਗ੍ਰੇਸ਼ਨ ਆ ਉਹ ਆਪਣੇ ਆਪ ਨੂੰ ਲੈ ਕੇ ਜਾ ਰਹੀ ਆ, ਕਿ ਇੱਕ ਪਾਸੇ ਤਾਂ ਤੁਸੀਂ ਇਹ ਕਹਿ ਰਹੇ ਹੋ ਕਿ ਸਾਨੂੰ ਜਿਹੜੇ ਸਕਿੱਲਡ ਵਰਕਰ ਚਾਹੀਦੇ ਨੇ, ਸਾਨੂੰ ਜਿਹੜੇ ਅਜਿਹੇ ਲੋਕ ਚਾਹੀਦੇ ਨੇ ਜਿਹੜੇ ਆਪਣੇ ਵਿਸ਼ੇ ਦੇ ਵਿੱਚ
ਆਪਣੇ ਸਬਜੈਕਟ ਦੇ ਵਿੱਚ ਜਿਹੜੇ ਮਾਹਿਰ ਹੋਣ, ਤੇ ਦੂਸਰੇ ਪਾਸੇ ਹੁਣ ਜਦੋਂ ਤੁਸੀਂ ਏਜ ਬ੍ਰੈਕਟ ਘਟਾਤੀ, ਜਿਵੇਂ ਬਾਂਸਲ ਸਾਹਿਬ ਖੁਦ ਜ਼ਿਕਰ ਕਰ ਰਹੇ ਨੇ ਕਿ ਜਿਹੜੀ 35 ਸਾਲ ਦੀ ਉਮਰ ਹੈ, 35 ਸਾਲ ਦੀ ਉਮਰ ਦੇ ਵਿੱਚ ਤਾਂ ਜਦੋਂ ਤੁਸੀਂ 1-2 ਡਿਗਰੀਆਂ ਡਿਪਲੋਮੇ ਕੀਤੇ ਉਦੋਂ ਹੀ ਤੁਹਾਡੀ ਜਿਹੜੀ ਉਮਰ ਹੋ ਜਾਣੀ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਜੀ, ਕਿਉਂਕਿ ਬਾਂਸਲ ਸਾਹਿਬ ਉਹਨਾਂ ਦੀ ਖਾਸੀਅਤ ਇਹ ਕਹਿੰਦੇ ਹੁੰਦੇ ਆ ਕਿ ਸੂਰਜ ਹਮੇਸ਼ਾ ਇਹ ਨਹੀਂ ਗਾ ਕਿ ਡੁੱਬ ਕੇ ਰਹਿ ਰਹੇ ਜਾਂ ਬੱਦਲਾਂ ਦੇ ਓਹਲੇ ਰਹਿ ਰਹੇ, ਸੂਰਜ ਨੇ ਚੜ੍ਹਨਾ ਹੁੰਦਾ। ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਭਵਿੱਖ ਦੇ ਵਿੱਚ ਜਿਹੜੀਆਂ ਕੁਛ ਚੇਂਜਿਸ ਉਹ ਆ ਜਾਣ। ਤੋ ਦੋਸਤੋ, ਜੇਕਰ ਤੁਸੀਂ ਸਾਡੇ ਨਾਲ ਹੁਣੇ ਹੁਣੇ ਜੁੜੇ ਹੋ, ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅੱਜ ਅਸੀਂ ਗੱਲ ਕਰਨੀ ਆ 485 ਦੇ ਵੀਜ਼ੇ ਬਾਰੇ। ਇਸ ਵਕਤ ਅਸੀਂ ਲਾਈਵ ਹਾਂ ਜੀ, ਅੱਜ 1 ਮਈ ਮਜ਼ਦੂਰ ਦਿਵਸ ਹੈ ਜੀ ਆਸਟ੍ਰੇਲੀਆ ਦੇ ਵਿੱਚ। ਮੈਨੂੰ ਲੱਗਦਾ ਜੀ ਕਿ ਸਾਡੀ ਵੀ ਜਿਹੜੀ ਹਾਲਤ ਆ ਮਜ਼ਦੂਰਾਂ ਵਰਗੀ ਹੋ ਗਈ ਹੈ, ਪਰ ਆਸਟ੍ਰੇਲੀਆ ਨੇ ਸਾਨੂੰ ਦਿੱਤਾ ਵੀ ਬਹੁਤ ਕੁਛ ਹੈ ਜੀ। ਤੇ ਜੇਕਰ ਤੁਸੀਂ ਵੀ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਆਪਣੀ ਪੜ੍ਹਾਈ ਖਤਮ ਕੀਤੀ ਹੈ, ਆਪਣੀ PR ਦੇ ਵਿੱਚ ਅੱਗੇ ਵਧਣਾ, ਤੁਸੀਂ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟ ਦੇ ਦਫ਼ਤਰ ਦੇ ਵਿੱਚੋਂ ਦੀ ਇੱਕ ਵਾਰੀ ਜ਼ਰੂਰ ਹੋ ਕੇ ਜਾਇਓ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਇੱਥੇ ਆਓ ਆਪਣੀ ਫਾਈਲ ਲਵਾਓ, ਪਰ ਇੱਕ ਜਿਹੜੀ ਇਨਫੋਰਮੇਸ਼ਨ ਹੈ ਜੀ ਉਹ ਤੁਸੀਂ ਜ਼ਰੂਰ ਇੱਥੋਂ ਇਹਨਾਂ ਦੀ ਟੀਮ ਦੇ ਨਾਲ ਡਿਸਕਸ ਕਰਿਓ, ਤੁਹਾਨੂੰ ਫਰਕ ਪਤਾ ਲੱਗ ਜਾਏਗਾ, ਜਾਣਕਾਰੀ ਦਾ ਤੁਹਾਨੂੰ ਫਰਕ ਪਤਾ ਲੱਗ ਜਾਏਗਾ, ਐਕਸਪੀਰੀਅੰਸ ਦਾ, ਕਿਉਂਕਿ ਲੰਮਾ ਤਜ਼ਰਬਾ, ਬਹੁਤ ਵੱਡੀ ਟੀਮ ਹੈ ਜੀ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟ ਦੀ। ਤੇ ਜੇਕਰ ਤੁਸੀਂ ਆਉਣਾ ਚਾਹੁੰਦੇ ਹੋ, ਅਪਾਇੰਟਮੈਂਟ ਬਣਾਉਣੀ ਹੈ ਜੀ, ਤਾਂ ਤੁਸੀਂ www.bansalimmigration.com.au ਤੇ ਜਾ ਸਕਦੇ ਹੋ। ਇਸ ਤੋਂ ਇਲਾਵਾ 0406-660-960 ਇਸ ਨੰਬਰ ਉੱਪਰ ਫੋਨ ਕਰ ਸਕਦੇ ਹੋ। ਬਾਂਸਲ ਹੁਣ ਅੱਗੇ ਵਧਿਆ ਜੀ ਅੱਜ ਦੇ ਤੱਕ, ਕਿਉਂਕਿ ਜਦੋਂ ਪਿਛਲੀ ਵਾਰੀ ਆਪਾਂ ਮਿਲੇ ਸੀਗੇ, ਪਿਛਲੀ ਵਾਰੀ ਤੋਂ ਲੈ ਕੇ ਹੁਣ ਤੱਕ ਕੀ ਜਿਹੜੀਆਂ ਵੱਡੀਆਂ ਅਪਡੇਟਸ ਤੁਹਾਡੇ ਕੋਲ ਨੇ ਜੀ? ਹਾਂਜੀ, ਦੇਖੋ ਸਭ ਤੋਂ ਵੱਡੀ ਅਪਡੇਟ ਇਹੀ ਹੈ ਜੀ ਕਿ ਵਿਕਟੋਰੀਆ ਦਾ ਜਿਹੜਾ ROI ਆ ਉਹ ਕਲੋਜ਼ ਹੋ ਚੁੱਕੀ ਹੈ ਜੀ। ਤਾਂ ਹੁਣ 23 ਅਪ੍ਰੈਲ 2024 ਦਾ ਜਿਨ੍ਹਾਂ ਨੇ ROI ਪਾ ਦਿੱਤੀ ਸੀ ਤਾਂ ਉਹਨੂੰ ਘਬਰਾਉਣ ਦੀ ਲੋੜ ਨਹੀਂ, ਉਹ ਫੇਰ ਪ੍ਰੋਸੈਸ ਕਰਨਗੇ। ਤਾਂ ਵੀ ਆਰ ਐਕਸਪੈਕਟਿੰਗ ਅ ਵੈਰੀ ਸਮਾਲਰ ਰਾਊਂਡ ਇਨ ਨੈਕਸਟ ਕਮਿੰਗ ਵੀਕਸ। ਤਾਂ ਉਸ ਤੋਂ ਇਲਾਵਾ ਦੂਸਰੀ ਹੈ ਜੀ 309 ਪਾਰਟਨਰ ਵੀਜ਼ੇ ਉੱਤੇ ਲਾਈ ਹੈ, ਕਿਉਂਕਿ ਉਹਦੇ ਵਿੱਚ 23 ਸਾਲ ਪਲੱਸ ਤੱਕ ਦੇ ਬੱਚੇ ਐਡ ਹੋ ਜਾਂਦੇ ਨੇ। ਤਾਂ ਉਹਦੇ ਡਿਪਾਰਟਮੈਂਟ ਨੇ ਸਪੈਸੀਫਿਕਲੀ ਕਿਹਾ ਕਿ ਜੇ ਤੁਹਾਡਾ ਜਿਹੜਾ ਬੱਚਾ ਤੁਸੀਂ ਐਡ ਕਰਨਾ 23 ਸਾਲ ਪਲੱਸ ਹੈ, ਤਾਂ ਜਿਹੜੀ ਉਹਦੀ ਮੈਡੀਕਲ ਕੰਡੀਸ਼ਨ ਹੈ ਤੁਹਾਨੂੰ ਪਹਿਲਾਂ ਹੀ ਡਿਕਲੇਅਰ ਕਰਨੀ ਪੈਣੀ ਆ। ਨੋਰਮਲੀ ਕੀ ਹੁੰਦਾ, ਮੈਡੀਕਲ ਕਲੀਅਰ ਹੋ ਜਾਂਦਾ, ਪਰ ਜਦੋਂ ਬੱਚੇ ਦੀ ਉਮਰ 23 ਸਾਲ ਪਲੱਸ ਹੋ ਜਾਂਦੀ ਆ, ਤਾਂ ਇਨ ਆਰਡਰ ਫੋਰ ਦੈਮ ਟੂ ਗ੍ਰਾਂਟ ਦਾ ਵੀਜ਼ਾ, ਉਹ ਕੋਈ ਮੈਡੀਕਲ ਕੰਡੀਸ਼ਨ ਕ੍ਰੀਏਟ ਕਰ ਦਿੱਤੀ ਜਾਂਦੀ ਆ। ਤਾਂ ਡਿਪਾਰਟਮੈਂਟ ਨੇ ਸਪੈਸੀਫਿਕਲੀ ਇਸ ਆਸਪੈਕਟ ਨੂੰ ਚੱਕਿਆ ਤੇ ਕਿਹਾ ਕਿ ਜੇ ਤੁਸੀਂ ਇਹ ਚੀਜ਼ ਕਰਦੇ ਪਾਏਗੇ ਤਾਂ ਤੁਹਾਡੇ ਤੇ ਉੱਪਰ 3 ਸਾਲ ਦਾ ਬੈਨ ਲਗਾ ਦਿੱਤਾ ਜਾਵੇਗਾ। ਉਸ ਤੋਂ ਇਲਾਵਾ ਢਿੱਲੋਂ ਸਾਹਿਬ ਨੇ ਜ਼ਿਕਰ ਕੀਤਾ ਸੀਗਾ ਦੋਗਲੀ ਨੀਤੀ ਦਾ ਜੀ। ਢਿੱਲੋਂ ਸਾਹਿਬ ਨੇ ਕਿਹਾ ਸੀਗਾ ਜੀ ਵੀ ਇਹਨਾਂ ਨੂੰ ਆਸਟ੍ਰੇਲੀਆ ਨੂੰ ਕਾਮਿਆਂ ਦੀ ਲੋੜ ਹੈ, ਤੇ ਮੇਰੇ ਖਿਆਲ ਨਾਲ ਢਿੱਲੋਂ ਸਾਹਿਬ ਇੱਥੇ ਵੀ ਅਗਰੀ ਕਰਨਗੇ ਕਿ ਆਸਟ੍ਰੇਲੀਆ ਦੇ ਵਿੱਚ ਹਾਊਸਿੰਗ ਕ੍ਰਾਈਸਿਸ ਦਾ ਹੀ ਲੋਕਾਂ ਨੂੰ ਘਰ ਨਹੀਂ ਮਿਲ ਰਹੇ, ਕਿਉਂਕਿ ਨਵੇਂ ਘਰ ਬਣ ਨਹੀਂ ਰਹੇ, ਤਾਂ ਕੰਸਟਰਕਸ਼ਨ ਜਿਹੜੀ ਟ੍ਰੇਲ ਆ ਉਹ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਹੈ। ਪਰ ਆਸਟ੍ਰੇਲੀਆ ਦੀ ਏਜੰਸੀ ਜੋਬ ਐਂਡ ਸਕਿੱਲਸ ਆਸਟ੍ਰੇਲੀਆ, ਜਿਹਨੂੰ ਗੌਰਮੈਂਟ ਨੇ ਅਸਾਈਨ ਕੀਤਾ ਕਿ ਉਹ ਨਵੀਂ ਪਾਲਿਸੀ ਬਣਾਵੇ, ਨਵੀਂ ਓਕੂਪੇਸ਼ਨ ਲਿਸਟ ਲੈ ਕੇ ਆਵੇ ਜੀ, ਤਾਂ ਉਹਨਾਂ ਨੇ ਇੱਕ ਨਵੀਂ ਲਿਸਟ ਤਿਆਰ ਕੀਤੀ ਹੈ, ਜਿਹਦੇ ਕਰਕੇ ਖਾਸ ਕਰਕੇ ਆਪਣੇ ਉਰੇ ਭਾਈਚਾਰੇ ਦੇ ਵਿੱਚ ਵੀ ਬੜਾ ਹਲਚਲ ਹੋਈ ਪਈ ਹੈ, ਬੜਾ ਰੌਲਾ ਪਿਆ ਹੋਇਆ ਜੀ। ਤਾਂ ਉਹਦੇ ਉਹਨੇ 3 ਕੈਟੇਗਰੀ ਕੀਤੇ ਨੇ ਜਿਹਨਾਂ ਨੂੰ ਡੈਫੀਨੇਟਲੀ ਇੰਕਲੂਡ ਕੀਤਾ ਜਾਣਾ ਜੀ। ਤਾਂ ਉਹਦੇ ਵਿੱਚ ਨੇ ਜੀ ਇੰਜੀਨੀਅਰ, ਸਿਵਲ, ਇਲੈਕਟ੍ਰੀਕਲ, ਟੀਚਰ, ਯੂਨੀ ਲੈਕਚਰਾਰ, ਮੈਡੀਕਲ ਰਿਲੇਟਡ ਜਿਵੇਂ ਜਨਰਲ ਪ੍ਰੈਕਟੀਸ਼ਨਰ, ਫਾਰਮਰਸ ਵੀ ਨੇ ਜੀ, ਤੇ ਕੰਸਟਰਕਸ਼ਨ ਪ੍ਰੋਜੈਕਟ ਮੈਨੇਜ ਵੀ ਆ, ਮੋਸਟਲੀ ਲੈਵਲ 1 ਤੇ ਲੈਵਲ 2 ਓਕੂਪੇਸ਼ਨਾਂ ਨੇ ਜੀ। ਤਾਂ ਦੂਸਰੀ ਹੈ ਜੀ ਜਿਹਦੇ ਵਿੱਚ ਜਿਹੜਾ ਅਨਸਰਟਨ ਨੇ ਜੀ ਕਿ ਵੀ ਹਾਂ ਵੀ ਅਸੀਂ ਸ਼ਾਇਦ ਕਰੀਏ ਜਾਂ ਸ਼ਾਇਦ ਨਾ ਕੀਤਾ ਜਾਵੇ, ਤੇ ਦੋਨੋਂ ਜਾਣ ਕੇ ਹੈਰਾਨੀ ਹੋ ਗਈ। ਉਹਦੇ ਵਿੱਚ ਸਾਰੀਆਂ ਕੰਸਟਰਕਸ਼ਨ ਦੀਆਂ ਟ੍ਰੇਡਸ ਨੇ, ਟਾਇਲਰਸ, ਕੈਬਿਨ ਮੇਕਰ, ਕਾਰਪੇਂਟਰ, ਪਲੰਬਰ, ਕੁੱਕ, ਸ਼ੈਫ, ਹੇਅਰ ਡਰੈਸਰ, ਆਰਟੀਜ਼ਨ, ਟ੍ਰਾਂਸਪੋਰਟ ਪਰਸਨ। ਤਾਂ ਇਹ ਤੋਂ ਦੋਗਲੀ ਨੀਤੀ ਪਤਾ ਲੱਗਦੀ ਵੀ ਇੱਕ ਪਾਸੇ ਤੁਸੀਂ ਕਹਿ ਰਹੇ ਤੁਹਾਨੂੰ ਕੰਸਟਰਕਸ਼ਨ ਟ੍ਰੇਡ ਵਰਕ ਦੀ ਲੋੜ ਆ, ਤੇ ਦੂਜੀ ਦੱਸਦੇ ਤੁਹਾਡੀ ਹੀ ਅਸਾਈਨ ਕੀਤੀ ਏਜੰਸੀ ਕਹਿ ਰਹੀ ਵੀ ਸ਼ਾਇਦ ਲੋੜ ਆ, ਸ਼ਾਇਦ ਨਹੀਂ ਲੋੜ। ਇਟ ਇਜ਼ ਵੈਰੀ ਸਟ੍ਰੇਂਜ। ਉਸ ਤੋਂ ਬਾਅਦ ਜਿਹੜੀ ਤੀਸਰੀ ਇਹਨਾਂ ਨੇ ਕੱਢੀ ਹੈ ਜਿਹੜੀ ਕਿ ਰਿਮੂਵ ਕਰ ਦੇਣਾ ਚਾਹੀਦਾ, ਉਹਦੇ ਵਿੱਚ ਇਹਨਾਂ ਨੇ ਕੱਢਿਆ ਜੀ ਕੈਫੇ, ਰੈਸਟੋਰੈਂਟ ਮੈਨੇਜਰ, ਸਪੋਰਟ ਇੰਜੀਨੀਅਰ, ਟੈਲੀਕਮਿਊਨੀਕੇਸ਼ਨ ਇੰਜੀਨੀਅਰ, ਸਲੂਨ ਮੈਨੇਜਰ, ਪ੍ਰਾਈਵੇਟ ਟੀਚਰ, ਪ੍ਰਾਈਵੇਟ ਟਿਊਟਰ ਐਂਡ ਟੀਚਰ।
ਤਾਂ ਇਹ ਤਿੰਨ ਜਿਹੜੀਆਂ ਲਿਸਟਾਂ ਕੱਢੀਆਂ ਨੇ ਪਰ ਰੀਅਲੀ ਡਸਨ ਮੇਕ ਅ ਸੈਂਸ ਐਟ ਆਲ। ਤਾਂ ਇਹਦੇ ਲਈ ਕੰਸਲਟੇਸ਼ਨ ਚੱਲ ਰਹੀ ਹੈ, ਹਜੇ ਫਾਈਨਲ ਨਹੀਂ ਹੋਈ ਕਿਉਂਕਿ ਇਹ ਪਹਿਲਾਂ ਕੰਸਲਟੇਸ਼ਨ ਚੱਲ ਰਹੀ ਹੈ ਜਿਹਦੀ ਕਿ ਡੈਡਲਾਈਨ 10 ਮਈ ਤੋਂ ਵਧਾ ਕੇ 31 ਮਈ ਕਰ ਦਿੱਤੀ ਗਈ ਹੈ ਜੀ। ਉਸ ਤੋਂ ਬਾਅਦ ਇਹ ਗੌਰਮੈਂਟ ਨੂੰ ਪੇਸ਼ ਕੀਤੀ ਜਾਊਗੀ ਤੇ ਗੌਰਮੈਂਟ ਦੇ ਉੱਪਰ ਹੋਊਗਾ ਇਹਨੂੰ ਕਿਸ ਤਰ੍ਹਾਂ ਇੰਪਲੀਮੈਂਟ ਕਰਨਾ। ਤਾਂ ਪਹਿਲਾਂ ਹੀ ਇਸ ਪਿੱਛੇ ਵਿਰੋਧ ਸ਼ੁਰੂ ਹੋ ਚੁੱਕਿਆ ਜੀ ਕਿ ਜਿਹੜੀ ਇਹ ਆ ਉਹ ਮਤਲਬ ਕਿ ਸ਼ੈਫ ਦੇ ਖਾਸ ਕਰ ਹੋਸਪਿਟੈਲਿਟੀ ਇੰਡਸਟਰੀ ਦੇ ਬਹੁਤ ਜ਼ਿਆਦਾ ਗੇਟ ਆ ਤੇ ਹੁਣ ਵੀ ਸਪਲਾਈ ਜਾਂ ਕੰਸਟਰਕਸ਼ਨ ਜਿਹੜੀ ਇੰਡਸਟਰੀ ਉਹ ਵੀ ਇਹਦੇ ਖਿਲਾਫ ਆਊਗੀ ਜੀ। ਤੇ ਇਸ ਤੋਂ ਇਲਾਵਾ ਜਿਹੜੇ ਟੀ ਆਰ ਦੇ ਚੇਂਜਸ ਨੇ ਜੇ ਆਪਾਂ ਉਹਦੇ ਬਾਰੇ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਇਹਨਾਂ ਨੇ ਜਿਵੇਂ ਏਜ ਲਿਮਿਟ ਦੀ ਗੱਲ ਕਰ ਹੀ ਚੁੱਕੇ ਆ ਜੀ ਤੇ ਉਸ ਤੋਂ ਬਾਅਦ ਬੈਂਡਾਂ ਦੀ ਗੱਲ ਵੀ ਆਪਾਂ ਕਰ ਚੁੱਕੇ ਹਾਂ। ਇਸ ਤੋਂ ਇਲਾਵਾ ਕੀ ਕਰਤਾ ਜੀ ਇਹਦਾ ਨਾਮ ਚੇਂਜ ਕਰ ਦਿੱਤਾ ਜੀ, ਜਿਹੜਾ ਗ੍ਰੈਜੂਏਟ ਸਟਰੀਮ ਨੂੰ ਕਰਤਾ ਪੋਸਟ ਵੋਕੇਸ਼ਨ ਐਜੂਕੇਸ਼ਨ ਸਟਰੀਮ ਜੀ, ਤੇ ਉਸ ਤੋਂ ਬਾਅਦ ਦੂਸਰਾ ਹੈਗਾ ਪੋਸਟ ਹਾਇਰ ਵਰਕ ਪੋਸਟ ਹਾਇਰ ਐਜੂਕੇਸ਼ਨ ਵਰਕ ਸਟਰੀਮ, ਬੇਸਿਕਲੀ ਨਵਾਂ ਨਾਮ ਦੇ ਐਬਸੋਲੂਟਲੀ ਜ਼ੀਰੋ ਡਿਫਰੈਂਸ ਸੀ। ਸਿਰਫ ਇਹੀ ਹੈ ਵੀ ਜਿਹੜੀ ਡਿਊਰੇਸ਼ਨ ਆ ਜੀ ਉਹ ਜਿਹੜੀ ਗ੍ਰੈਜੂਏਟ ਸਟਰੀਮ ਦੀ ਪਹਿਲਾਂ ਸੀਗਾ ਪੋਸਟ ਵੋਕੇਸ਼ਨਲ ਐਜੂਕੇਸ਼ਨ ਵਰਕ ਸਟਰੀਮ ਦੀ 18 ਮਹੀਨੇ ਆ ਜੀ, ਤੇ ਉਸ ਤੋਂ ਇਲਾਵਾ ਜਿਹੜੀ ਪੋਸਟ ਹਾਇਰ ਐਜੂਕੇਸ਼ਨ ਵਰਕ ਸਟਰੀਮ ਹੈ ਪੋਸਟ ਸਟੱਡੀ ਵਰਕ ਵੀਜ਼ਾ ਸੀਗਾ ਉਹਦੇ ਲਈ ਜਿਹੜੀ ਥੋੜ੍ਹੀ ਜਿਹੀ ਚੇਂਜਸ ਕਰ ਦਿੱਤੇ ਨੇ, ਉਹਦੇ ਲਈ ਬੈਚਲਰ ਤੇ ਮਾਸਟਰ ਦੇ ਲਈ 2 ਸਾਲ ਹੀ ਹੈ ਜੀ ਹੁਣ, ਤੇ ਜਿਹੜੇ ਮਾਸਟਰ ਬਾਏ ਰਿਸਰਚ ਆ ਪੀ ਜੀ ਉਹਨਾਂ ਲਈ 3 ਸਾਲ ਲਈ ਆ। ਬਟ ਇੰਡੀਅਨ ਨੈਸ਼ਨਲ ਲਈ ਗੁੱਡ ਨਿਊਜ਼ ਆ ਜੀ ਕਿ ਉਹਨਾਂ ਨੂੰ ਥੋੜ੍ਹਾ ਜਿਹਾ ਕਨਸੈਸ਼ਨ ਆ, ਤਾਂ ਜੇ ਤਾਂ ਉਹਨਾਂ ਨੇ ਬੈਚਲਰ ਡਿਗਰੀ ਕੀਤੀ ਆ ਓਨਰਸ ਨਾਲ ਤਾਂ ਉਹਨਾਂ ਲਈ 2 ਸਾਲ, ਪਰ ਜਿਹਨਾਂ ਨੇ ਬੈਚਲਰ ਡਿਗਰੀ 3 ਸਾਲ ਵਿੱਚ ਕੋਈ ਸਟੈਮ ਦੇ ਨਾਲ ਕੀਤੀ ਆ ਜੀ ਇੰਕਲੂਡਿੰਗ ਆਈ ਸੀ ਡੀ ਦਾ, ਉਹਦੇ ਲਈ ਤੁਹਾਡੇ ਕੋਲ 3 ਸਾਲ ਦੀ ਹੋਊਗੀ, ਤੇ ਮਾਸਟਰ ਦੇ ਲਈ ਵੀ 3 ਸਾਲ ਦੀ ਹੋਊ ਤੇ ਪੀ ਐਚ ਡੀ ਲਈ 4 ਸਾਲ ਦੀ ਹੋਊ ਜੀ। ਤਾਂ ਤੁਹਾਨੂੰ ਸਾਲ ਕੁ ਦਾ ਆਪਣੇ ਜਿਹੜੇ ਪੰਜਾਬੀ ਭਾਈਚਾਰੇ ਨੂੰ ਇੰਡੀਅਨ ਭਾਈਚਾਰੇ ਨੂੰ ਇਸ ਚੀਜ਼ ਦਾ ਫਾਇਦਾ ਹੋਇਆ ਜੀ। ਬਿਲਕੁਲ ਜੀ, ਬਹੁਤ ਸਾਰੀਆਂ ਜਿਹੜੀਆਂ ਅਪਡੇਟਸ ਹੁੰਦੀਆਂ ਨੇ ਜੀ ਉਹਨਾਂ ਦੀ ਜਾਣਕਾਰੀ ਸਹੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਣੀ ਬਹੁਤ ਜ਼ਰੂਰੀ ਹੁੰਦੀ ਹੈ। ਸੋ ਬੜੇ ਵਿਸਥਾਰ ਦੇ ਨਾਲ ਜਿਹੜੀ ਇਹ ਜਾਣਕਾਰੀ ਆ ਮਿਸਟਰ ਅਜੇ ਬਾਂਸਲ ਦੇ ਰਹੇ ਸੀਗੇ। ਦੋਸਤੋ ਇੱਕ ਗੱਲ ਹੋਰ ਜਿਹੜੀ ਨੋਟ ਕਰਨ ਵਾਲੀ ਹੈ ਤੇ ਇੱਕ ਗੱਲ ਦੀ ਮੈਂ ਤੁਹਾਨੂੰ ਵੀ ਹਾਈਲੀ ਰਿਕਮੈਂਡੇਸ਼ਨ ਦਊਂਗਾ ਕਿ ਬਹੁਤ ਸਾਰੀਆਂ ਹਾਲਾਂਕਿ ਜਿਹੜੀਆਂ ਨਿਯਮ ਹੁੰਦੇ ਨੇ ਜਿਹੜੀਆਂ ਸਾਡੇ ਆਲੇ ਦੁਆਲੇ ਅਸੀਂ ਸੁਣਦੇ ਰਹਿੰਦੇ ਹਾਂ ਉਹ ਅਫਵਾਹਾਂ ਤੇ ਯਕੀਨ ਨਾ ਕਰਿਆ ਕਰੋ, ਕਿਉਂਕਿ ਕਈ ਵਾਰੀ ਇਹ ਹੁੰਦਾ ਕਿ ਡਿਪਾਰਟਮੈਂਟ ਨੇ ਹਜੇ ਉਹ ਰੂਲ ਹਜੇ ਉਹ ਨਵੇਂ ਨਿਯਮ ਨਵੀਆਂ ਚੇਂਜਸ ਨੂੰ ਇੰਪਲੀਮੈਂਟ ਵੀ ਨਹੀਂ ਕੀਤਾ ਹੁੰਦਾ ਕਿ ਆਸੇ ਪਾਸੇ ਬਾਜ਼ਾਰ ਦੇ ਵਿੱਚ ਇਸ ਗੱਲ ਦੀ ਜਿਹੜੀ ਇਸ ਗੱਲ ਦਾ ਰੌਲਾ ਪੈ ਜਾਂਦਾ ਕਿ ਫਲਾਨੀ ਚੀਜ਼ ਚੇਂਜ ਹੋ ਗਈ ਆ ਤੇ ਅਸੀਂ ਹਫੜਾ ਦਫੜੀ ਦੇ ਵਿੱਚ ਇੱਧਰ ਉੱਧਰ ਭੱਜਦੇ ਹਾਂ ਜਾਂਦਾ ਤਿੱਕਰ ਕਿ ਇਸ ਚੇਂਜਿਸ ਦੇ ਨਾਲ ਇਹਨਾਂ ਬਦਲਾਅ ਦੇ ਨਾਲ ਸਾਡੇ ਤੇ ਕੀ ਫਰਕ ਪੈਣਾ। ਅਤੇ ਜੇਕਰ ਤੁਸੀਂ ਵੀ ਸਹੀ ਤੇ ਸਟੀਕ ਜਾਣਕਾਰੀ ਲੈਣੀ ਹੈ ਮੈਂ ਤੁਹਾਨੂੰ ਪਹਿਲਾਂ ਕਹਿਣਾ ਹੁੰਦਾ ਕਿ ਇੱਕ ਸਹੀ ਡਾਕਟਰ ਆ ਜਿਹੜਾ ਉਹ ਸਹੀ ਬਿਮਾਰੀ ਦਾ ਇਲਾਜ ਆ ਜਿਹੜਾ ਕਰ ਸਕਦਾ, ਤੇ ਤੁਸੀਂ ਵੀ ਸਹੀ ਜਾਣਕਾਰੀ ਦੇ ਲਈ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟ ਦੇ ਦਫ਼ਤਰ ਦੇ ਵਿੱਚ ਆ ਕੇ ਜਾਣਕਾਰੀ ਲੈ ਸਕਦੇ ਹੋ। ਘਰੇ ਬੈਠੇ ਤੁਸੀਂ www.bansalimmigration.com.au ਤੇ ਜਾ ਕੇ ਆਪਣੀ ਇਨਕੁਆਇਰੀ ਸਬਮਿਟ ਕਰ ਸਕਦੇ ਹੋ, ਤੁਸੀਂ ਆਪਣੀ ਅਪਾਇੰਟਮੈਂਟ ਬਣਾ ਸਕਦੇ ਹੋ। ਜੇਕਰ ਤੁਸੀਂ ਬਾਹਰੋਂ ਵੀ ਕਿਤੋਂ ਫੋਨ ਕਰਨਾ ਤੁਹਾਡਾ ਕੋਈ ਕੇਸ ਹੈ ਜੀ ਤਾਂ 0406-660-960 ਇਸ ਨੰਬਰ ਦੇ ਉੱਪਰ ਤੁਸੀਂ ਇਮੀਗ੍ਰੇਸ਼ਨ ਮਾਮਲਿਆਂ ਨੂੰ ਲੈ ਕੇ ਕੋਈ ਵੀ ਜਿਹੜਾ ਉਹ ਸਵਾਲ ਹੈ ਜਾਂ ਜਾਣਕਾਰੀ ਹੈ ਤੁਸੀਂ ਉਹ ਪੁੱਛ ਸਕਦੇ ਹੋ ਜੀ। ਇਸ ਤੋਂ ਇਲਾਵਾ ਇੱਕ ਗੱਲ ਹੋਰ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਕੋਈ ਯਾਰ ਦੋਸਤ ਭੈਣ ਭਰਾ ਜਿਹੜਾ ਆਸਟ੍ਰੇਲੀਆ ਦੇ ਵਿੱਚ ਰਹਿ ਰਿਹਾ ਤੇ ਇਸ ਵੇਲੇ ਉਹ ਕਿਸੇ ਹੋਰ ਚੱਕਰਾਂ ਦੇ ਵਿੱਚ ਫਸਿਆ ਹੋਇਆ, ਟੈਨਸ਼ਨ ਲੈਣ ਦੀ ਲੋੜ ਨਹੀਂ। ਜੇਕਰ ਤੁਹਾਡੇ ਕੋਈ ਟੀ ਆਰ ਟੀ ਏ ਟੀ ਅਪੀਲ ਹੈ ਉਹ ਵੀ ਇਸੇ ਦਫ਼ਤਰ ਦੇ ਵਿੱਚੋਂ ਹੀ ਸੋਲਵ ਹੋ ਜਾਣੀ ਹੈ ਕਿਉਂਕਿ ਅਜੇ ਬਾਂਸਲ ਸਾਹਿਬ ਉਸ ਚੀਜ਼ ਦੇ ਵੀ ਜਿਹੜੇ ਐਕਸਪਰਟ ਨੇ। ਬਾਂਸਲ ਇਹ ਤਾਂ ਸੀਗੀਆਂ ਜਿਹੜੀਆਂ ਅਪਡੇਟਸ, ਅਪਡੇਟਸ ਦੇ ਵਿੱਚੋਂ ਜਿਹੜੀ ਮੈਨੂੰ ਨਾ ਇੱਕ ਗੱਲ ਲੱਗ ਰਹੀ ਸੀ ਕਿਉਂਕਿ ਹੁਣ ਆਪਾਂ ਨੂੰ ਪ੍ਰੋਗਰਾਮ ਕਰਦਿਆਂ ਨੂੰ ਵੀ ਬਹੁਤ ਸਮਾਂ ਹੋ ਗਿਆ ਜੀ, ਜਿਹੜੀਆਂ ਵੀ ਅਪਡੇਟਸ ਜਦੋਂ ਹੁੰਦੀਆਂ ਨੇ ਉਹਨਾਂ ਅਪਡੇਟਸ ਦੇ ਵਿੱਚੋਂ ਇੱਕ ਚੀਜ਼ ਤਾਂ ਸਾਹਮਣੇ ਇਹੀ ਆ ਰਹੀ ਹੈ ਜੀ ਕਿ ਸ਼ਰਾਬ ਉਹੀ ਆ
ਪੈਕੇਜਿੰਗ ਨਵੀਂ ਆ ਜੀ, ਹਨਾ, ਕਈ ਚੇਨ ਬਣਾ ਦਿੰਦੇ ਨੇ, ਕਈ ਕਹਿ ਦਿੰਦੇ ਨੇ ਹੁਣ ਇਸ ਚੀਜ਼ ਦਾ ਨਾਮ ਬਦਲ ਕੇ ਅਸੀਂ ਇਹ ਰੱਖਤਾ, ਪਰ ਵਿੱਚੋਂ ਜਦੋਂ ਪੈਕਟ ਖੋਲਦੇ ਹਾਂ ਉਹ ਜਿਹੜੀ ਸਾਜੋ ਸਮਾਨ ਸਮੱਗਰੀ ਹੁੰਦੀ ਆ ਬੇਸਿਕਲੀ ਉਹੀ ਹੁੰਦੀ ਆ ਜੀ। ਮਤਲਬ ਇਸ ਤੋਂ ਇਲਾਵਾ ਜੇਕਰ ਆਪਾਂ ਪੁਆਇੰਟ ਸਿਸਟਮ ਦੀ ਗੱਲ ਕਰ ਲਈਏ, ਕੋਈ ਹੋਰ ਅਪਡੇਟਸ ਵੀ ਆਪਣੇ ਕੋਲ ਪੁਆਇੰਟ ਸਿਸਟਮ ਬਾਰੇ ਹੋਵੇ ਜੀ? ਪੁਆਇੰਟ ਸਿਸਟਮ ਵਿੱਚ ਉਹਨਾਂ ਨੇ ਇੱਕ ਬਰੀਫ ਜਿਹਾ ਇੱਕ ਪੇਪਰ ਜ਼ਰੂਰ ਜਾਰੀ ਕੀਤਾ ਜੀ, ਜਿਹਦੇ ਵਿੱਚ ਉਹਨਾਂ ਨੇ ਕੈਨੇਡਾ ਦੇ ਸਿਸਟਮ ਨੂੰ ਥੋੜਾ ਬੈਟਰ ਦੱਸਿਆ ਤੇ ਉਹਨੂੰ ਰੈਫਰ ਕੀਤਾ, ਪਰ ਇਹਦੇ ਬਾਰੇ ਹਜੇ ਕੋਈ ਕੰਕਰੀਟ ਜਾਣਕਾਰੀ ਨਹੀਂ ਹੈਗੀ ਜੀ। ਸਿਰਫ ਇੱਕ ਚੀਜ਼ ਜ਼ਰੂਰ ਹੈ ਵੀ ਜਿਹੜਾ ਆਸਟ੍ਰੇਲੀਆ ਦਾ ਕਰੰਟ ਪੁਆਇੰਟ ਸਿਸਟਮ ਹੈ ਏ ਦੇ ਹਿਸਾਬ ਨਾਲ ਇੱਕ ਸਰਟਨ ਏ ਤੋਂ ਬਾਅਦ ਸਰਟਨ ਜੰਪ ਚੱਲ ਜਾਂਦਾ, ਜਿਵੇਂ 25 ਤੋਂ 30, 25 ਤੋਂ 32, ਫਿਰ 32 ਤੋਂ ਬਾਅਦ ਸਰਟਨ ਜੰਪ ਲੱਗ ਜਾਂਦਾ, ਉਸ ਤੋਂ ਬਾਅਦ 39 ਤੋਂ ਬਾਅਦ ਬਿਲਕੁਲ ਹੀ ਤੁਹਾਡੇ ਪੁਆਇੰਟ ਘੱਟ ਜਾਂਦੇ ਨੇ। ਤਾਂ ਉਹਦੇ ਨਾਲ ਇਹਨਾਂ ਨੇ ਕਿਹਾ ਵੀ ਅਸੀਂ ਵੀ ਮੇ ਹੈਵ ਅ ਸਲਾਈਡਿੰਗ ਸਕਿੱਲ, ਪਰ ਨਥਿੰਗ ਕੰਕਰੀਟ ਤਾਂ ਮਿਲਾ ਦਾ ਬਾਈ ਟੂਵਰਡਸ ਦੀ ਐਂਡ ਆਫ ਦਿਸ ਈਅਰ ਮੇ ਬੀ ਵੀ ਆਪਾਂ ਨੂੰ ਕੁਛ ਨਾ ਕੁਛ ਪਤਾ ਲੱਗੂਗਾ। ਬਿਲਕੁਲ ਜੀ, ਤੇ ਜਿਵੇਂ ਜਿਵੇਂ ਸਾਡੇ ਕੋਲੇ ਜਾਣਕਾਰੀ ਆਉਂਦੀ ਜਾਣੀ ਹੈ ਜੀ, ਉਵੇਂ ਉਵੇਂ ਜਿਹੜੀ ਜਾਣਕਾਰੀ ਆ ਤੁਹਾਡੇ ਤੱਕ ਰਿਪੋਰਟ ਲੈ ਕੇ ਪਹੁੰਚਦੀ ਰਹਿਣੀ ਆ। ਤੁਸੀਂ ਲਗਾਤਾਰ ਬੋਲ ਪੰਜਾਬੀ ਨੂੰ ਦੇ ਪੇਜ ਦੇ ਉੱਪਰ ਬਾਂਸਲ ਇਮੀਗ੍ਰੇਸ਼ਨ ਦੀ ਟਿਕਟੋਕ ਜ਼ਰੂਰ ਦੇਖਦੇ ਰਹੇ ਕਰੋ, ਕਿਉਂਕਿ ਟਿਕਟੋਕ ਦੇ ਉੱਪਰ ਜਿਹੜੀਆਂ ਬ੍ਰੇਕਿੰਗ ਨਿਊਜ਼ ਆਉਂਦੀਆਂ ਨੇ ਨਾ ਉਹ ਬਹੁਤ ਕਮਾਲ ਦੀਆਂ ਹੁੰਦੀਆਂ ਨੇ। ਮੇਰੀ ਲਗਾਤਾਰ ਜਿਹੜੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਬਾਂਸਲ ਇਮੀਗ੍ਰੇਸ਼ਨ ਦੀ ਟਿਕਟੋਕ ਵੱਲ ਜਿਹੜਾ ਦੇਖਦਾ ਰਹਾਂ ਤਾਂ ਕਿ ਜਿਹੜੀ ਅਪਡੇਟਸ ਨੇ ਉਹ ਮੇਰੇ ਕੋਲੇ ਵੀ ਪਹੁੰਚਦੀਆਂ ਰਹਿਣ। ਬਾਂਸਲ ਇਸ ਦੇ ਨਾਲ ਨਾਲ ਆਪਣੇ ਕੋਲ ਜਿਹੜੇ ਸਵਾਲ ਨੇ ਦਰਸ਼ਕਾਂ ਦੇ ਉਹ ਵੀ ਆਉਣੇ ਸ਼ੁਰੂ ਹੋ ਗਏ ਨੇ, ਉਹ ਵੀ ਪੁੱਛ ਲੈਂਦੇ ਹਾਂ ਜੀ, ਤਾਂ ਕਿ ਜਿਹੜੇ ਦਰਸ਼ਕ ਨੇ, ਕਿਉਂਕਿ ਪਰਸਨਲੀ ਹਰੇਕ ਦੀ ਆਪਦੀ ਆਪਦੀ ਸਿਚੁਏਸ਼ਨ ਹੁੰਦੀ ਹੈ ਜੀ। ਹੁਣ ਇੱਕ ਸਵਾਲ ਆ ਰਿਹਾ, ਕਹਿੰਦੇ ਕਿ ਮੇਰੀ ਪੀ ਆਰ ਫਾਈਲ ਹੈ ਜੀ ਆਲਰੇਡੀ ਲੌਂਚ ਹੋਈ ਹੋਈ ਆ ਪਰ ਅਜੇ ਤੱਕ ਗ੍ਰਾਂਟ ਨਹੀਂ ਹੋਈ ਜੀ, ਮੇਰੀ ਏਜ ਹੈ ਜਿਹੜੀ ਉਹ 42 ਸਾਲਾਂ ਦੀ ਆ, ਕੀ ਮੈਂ ਕੁਝ ਕਰ ਸਕਦਾ ਜਲਦੀ ਗ੍ਰਾਂਟ ਕਰਵਾਉਣ ਦੇ ਲਈ? ਕੀ ਮੇਰੀ ਟੀ ਆਰ ਦੀ ਫਾਈਲ ਤੇ ਕੋਈ ਇਸ਼ੂ ਹੋਏਗਾ ਜਾਂ ਨਹੀਂ, ਕਿਉਂਕਿ 1 ਜੁਲਾਈ ਤੱਕ ਜੇ ਗ੍ਰਾਂਟ ਨਹੀਂ ਹੁੰਦੀ ਫਿਰ ਕੀ ਸਿਚੁਏਸ਼ਨ ਆ ਸਕਦੀ ਆ? ਹਾਂਜੀ, ਦੇਖੋ ਜੇ ਤੁਸੀਂ ਟੀ ਆਰ ਲੌਂਚ ਕਰ ਚੁੱਕੇ ਹੋ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਜੀ, ਕਿਉਂਕਿ ਜਿਹੜੇ ਵੀ ਰੂਲ ਐਟ ਦ ਟਾਈਮ ਆਫ ਐਪਲੀਕੇਸ਼ਨ ਲੌਜਮੈਂਟ ਵਾਲੇ ਲਾਗੂ ਹੁੰਦੇ ਨੇ ਜੀ। ਜੀ, ਤਾਂ ਇਨਫੈਕਟ ਜੇ ਤੁਸੀਂ ਲੌਂਚ ਕਰ ਚੁੱਕੇ ਤਾਂ ਡੈਫੀਨਿਟਲੀ ਜੇ ਕੋਈ ਰੂਲ ਚੇਂਜ ਵੀ ਹੁੰਦਾ ਥੋੜੀ ਏਜ ਵੱਧਦੀ ਵੀ ਆ ਜੀ, ਫਿਰ ਵੀ ਤੁਹਾਡੇ ਤੇ ਇਸ ਚੀਜ਼ ਦਾ ਕੋਈ ਵੀ ਅਸਰ ਨਹੀਂ ਹੋਵੇਗਾ ਜੀ। ਜੀ, ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਜੀ, ਜਸਟ ਦੱਸੋ ਨਹੀਂ ਹੈ ਵੀ ਪੀ ਆਰ ਦੇ ਲਈ ਜ਼ਰੂਰ ਤਿਆਰੀ ਖਿੱਚੋ ਜੀ। ਬਿਲਕੁਲ ਜੀ, ਤੁਸੀਂ ਆਪਣੀ ਜਿਹੜੀ ਪੀ ਆਰ ਦੀ ਤਿਆਰੀ ਉਹ ਖਿੱਚੋ, ਪਰ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਹੋਰ ਵਧੇਰੇ ਜਾਣਕਾਰੀ ਚਾਹੀਦੀ ਹੈ ਨਾ ਤਾਂ ਤੁਸੀਂ ਬਾਂਸਲ ਇਮੀਗ੍ਰੇਸ਼ਨ ਦੇ ਦਫ਼ਤਰ ਦੇ ਵਿੱਚ ਜਾਣਕਾਰੀ ਹੈ ਜਿਹੜੀ ਲੈ ਸਕਦੇ ਹੋ। ਅਗਲੇ ਸਵਾਲ ਵੱਲ ਵਧਦੇ ਹਾਂ ਸਾਹਿਬ, ਉਹ ਕਹਿ ਰਹੇ ਨੇ ਕਿ ਮੇਰਾ ਨਾਮ ਜਿਹੜਾ ਸ਼ੁਰੂਤੀ ਸਰਕਾਰ ਹੈ ਜੀ ਤੇ ਮੈਂ 36 ਸਾਲਾਂ ਦਾ ਹੋ ਜਾਣਾ ਜੀ ਸਤੰਬਰ 2024 ਦੇ ਵਿੱਚ, ਤੇ ਜਿਹੜੀ ਮੇਰੀ ਸਟੱਡੀ ਆ ਉਹ ਜੁਲਾਈ ਦੇ ਵਿੱਚ ਜਾ ਕੇ ਜਿਹੜੀ ਕੰਪਲੀਟ ਹੋਣੀ ਆ, ਕੀ ਮੈਂ ਐਲੀਜੀਬਲ ਹੋਊਂਗਾ ਟੀ ਆਰ ਦਾ ਆਫਟਰ ਜਦੋਂ ਮੇਰੀ ਸਟੱਡੀ ਕੰਪਲੀਟ ਹੋ ਜਾਂਦੀ ਆ, ਜਾਂ ਸ਼ੁਡ ਆਈ ਅਪਲਾਈ ਬਿਫੋਰ 1st of July? ਦੇਖੋ ਜੀ, ਜਿਵੇਂ ਆਪਾਂ ਗੱਲ ਕੀਤੀ ਹੈ ਜੀ, ਜੁਲਾਈ ਤੋਂ ਬਾਅਦ ਜੇ ਲੈਜਿਸਲੇਸ਼ਨ ਪਾਸ ਹੋ ਜਾਂਦੀ ਆ ਤੇਰੀ ਉਮਰ 35 ਸਾਲ ਰਹਿ ਜਾਣੀ ਆ ਜੀ। ਜੀ, ਤਾਂ ਜੇ ਤੁਸੀਂ ਲਾਈ ਤੇ ਇਹਦਾ ਮਤਲਬ ਜੇ ਸਤੰਬਰ 36 ਹੋ ਗਿਆ ਇਸਦਾ ਮਤਲਬ ਤੁਸੀਂ ਆਲਰੇਡੀ 35 ਸਾਲ ਪਲੱਸ ਦੇ ਰਹਿ ਗਏ ਜੀ। ਹਾਂ, ਤਾਂ ਜੇ ਤਾਂ ਤੁਸੀਂ 30 ਜੂਨ ਤੋਂ ਪਹਿਲਾਂ ਆਪਣੀ ਟੀ ਆਰ ਲੌਂਚ ਕਰ ਲਓਗੇ ਫਿਰ ਤਾਂ ਤੁਸੀਂ ਐਲੀਜੀਬਲ ਹੋ ਜੀ, ਪਰ ਜੇ ਲੈਜਿਸਲੇਸ਼ਨ ਪਾਸ ਹੋ ਗਈ ਤਾਂ 1 ਜੁਲਾਈ ਤੋਂ ਬਾਅਦ ਅਨਫੋਰਚੁਨੇਟਲੀ ਤੁਸੀਂ ਟੀ ਆਰ ਨਹੀਂ ਪਾ ਸਕੋਗੇ ਜੀ। ਜੀ, ਸੋ ਦੋਸਤੋ ਇਹ ਜਿਹੜੀ ਇਹ ਕਈ ਗੱਲਾਂ ਹੁੰਦੀਆਂ ਨੇ ਬੜੀਆਂ ਟ੍ਰਿਕੀ ਹੁੰਦੀਆਂ ਨੇ, ਜਦੋਂ ਅਸੀਂ ਕਹਿੰਦੇ ਹਾਂ ਕਿ 1 ਜੁਲਾਈ ਤੋਂ ਇਹ ਰੂਲ ਚੇਂਜ ਹੋ ਜਾਣੇ ਨੇ, ਉਹ ਤੁਹਾਡੇ ਤੇ ਇੰਪਲੀਮੈਂਟ ਕਿਵੇਂ ਹੋਣੇ ਨੇ, ਸਾਨੂੰ ਇਸ ਦੀ ਜਾਣਕਾਰੀ ਨਹੀਂ ਹੁੰਦੀ। ਜਿਵੇਂ ਇਹੀ ਸਵਾਲ ਹੈ ਜੀ, ਇਹ ਜਿਹੜਾ ਸਵਾਲ ਹੈ ਇਹ ਬਹੁਤ ਸਾਰੇ ਹੋਰ ਜਿਹੜੇ ਸਾਡੇ ਦੋਸਤ ਮਿੱਤਰ ਨੇ ਦਰਸ਼ਕ ਨੇ ਉਹਨਾਂ ਦੇ ਸਵਾਲ ਹੋਣਗੇ, ਸਹੀ ਜਾਣਕਾਰੀ ਕਿਵੇਂ ਲੈਣੀ ਹੈ ਜੀ? ਕਿਉਂਕਿ ਕਦੇ ਕਦੇ ਇਹ ਹੁੰਦਾ ਕਿ ਸਾਨੂੰ ਅਗਲਾ ਕਹਿ ਦਿੰਦਾ ਕਿ ਨਹੀਂ ਯਾਰ ਵੀ 1 ਜੁਲਾਈ ਤੋਂ ਹੋਣੇ ਨੇ, 13 ਦਾ ਜਿਹੜਾ ਜਨਮ ਹੈ ਜੀ ਉਹ ਇਸ ਮਹੀਨੇ ਦੇ ਵਿੱਚ ਜਾਂ ਇਸ ਮਹੀਨੇ ਤੇ ਆ। ਸੋ ਇਹਨਾਂ ਗੱਲਾਂ ਤੇ ਯਕੀਨ ਨਾ ਕਰੋ, 0406-660-960 ਇਸ ਨੰਬਰ ਦੇ ਉੱਪਰ ਵਟਸਐਪ ਕਰੋ ਤੇ ਆਪਣੀ ਜਿਹੜੀ ਜਾਣਕਾਰੀ ਆ ਤੁਸੀਂ ਲੈ ਸਕਦੇ ਹੋ। ਮਤਲਬ ਅਗਲਾ ਸਵਾਲ ਜੀ, ਉਹ ਕਹਿੰਦੇ ਕਿ ਮੈਂ ਸਰਟੀਫਿਕੇਟ 4 ਕਰ ਰਿਹਾ ਕਮਰਸ਼ੀਅਲ ਕੁੱਕਰੀ ਦੇ ਵਿੱਚ, ਤੇ ਜਿਹੜਾ ਮੇਰਾ ਕੋਰਸ ਹੈ ਜੀ ਉਹ 2024 ਅਗਸਤ ਦੇ ਮਹੀਨੇ ਦੇ ਵਿੱਚ ਜਾ ਕੇ ਪੂਰਾ ਹੋ ਜਾਣਾ ਜੀ, ਤੇ ਮੇਰੀ ਜਿਹੜੀ ਉਮਰ ਹੈ ਜੀ ਉਹ 38 ਸਾਲਾਂ ਦੀ ਆ। ਉਹ ਕਹਿੰਦੇ ਹੁਣ ਰੂਲ ਚੇਂਜ ਕਰਤਾ ਜੀ,
ਇਹ ਨਵੇਂ ਰੂਲਾਂ ਦੇ ਹਿਸਾਬ ਨਾਲ ਮੈਂ ਕਿਵੇਂ ਕੀ ਕਰ ਸਕਦਾ? ਦੇਖੋ ਜੀ, ਜੇ ਤੁਹਾਡਾ ਸਰਟੀਫਿਕੇਟ 4 ਜੇ ਤੁਹਾਡਾ ਸਰ 3 ਤੇ 4 92 ਵੀਕ ਦਾ ਰਜਿਸਟਰਡ ਆ ਜੀ, ਤਾਂ ਡੈਫੀਨਿਟਲੀ ਤੁਸੀਂ ਆਪਣੇ ਕਾਲਜ ਨੂੰ ਥੋੜਾ ਫਾਸਟ ਟਰੈਕ ਲਈ ਕਹਿ ਸਕਦੇ ਹੋ ਤਾਂ ਜਿਹੜਾ ਕੋਰਸ ਉਹ ਜਲਦੀ ਕੰਪਲੀਟ ਹੋ ਜਾਵੇ। ਤਾਂ ਟਰਾਈ ਕਰੋ ਵੀ ਜੁਲਾਈ ਤੋਂ ਪਹਿਲਾਂ ਪਹਿਲਾਂ ਤੁਹਾਡਾ ਕੰਪਲੀਟ ਹੋ ਜਾਵੇ ਤੇ ਤੁਸੀਂ TR ਪਾ ਸਕੋ, ਕਿਉਂਕਿ ਅਸੀਂ 38 ਸਾਲ ਦੇ ਹੋ ਤੇ ਤੁਹਾਡੀ ਜੁਲਾਈ ਆ ਗਈ ਫਿਰ ਅਨਫੋਰਚੂਨੇਟ ਤੁਸੀਂ TR ਨਹੀਂ ਪਾ ਸਕੋਗੇ ਜੀ। ਤਾਂ ਜੇ ਤੁਹਾਡਾ 92 ਵੀਕ ਰਜਿਸਟਰ ਨਹੀਂ ਹੈਗਾ ਤਾਂ ਯੂ ਵਿਲ ਗੋਇੰਗ ਮਿਸ ਆਊਟ, ਤਾਂ ਤੁਹਾਨੂੰ ਹੋਰ ਅਲਟਰਨੇਟਿਵ ਵੇਜ਼ ਦੇਖਣੇ ਪੈਣਗੇ ਜੁੜੇ ਰਹਿਣ ਦੇ ਲਈ ਤੇ PR ਪਾ ਦੇ ਲਈ। ਮਤਲਬ ਤੁਹਾਡੇ ਜਵਾਬ ਤੋਂ ਮੈਨੂੰ ਇੱਕ ਸਵਾਲ ਮੇਰੇ ਦਿਮਾਗ 'ਚ ਆਇਆ ਕਿ ਜਿਹੜੀ ਫਾਸਟ ਟਰੈਕ ਸਟੱਡੀ ਹੁੰਦੀ ਆ ਆਪਾਂ ਉਸ ਦੇ ਬੇਸ ਤੇ TR ਅਪਲਾਈ ਕਰ ਸਕਦੇ ਹਾਂ? ਹਾਂਜੀ ਬਿਲਕੁਲ, ਤੁਸੀਂ ਫਾਸਟ ਟਰੈਕ ਸਟੱਡੀ ਦੇ ਬੇਸ ਦੇ ਉੱਤੇ TR ਅਪਲਾਈ ਕਰ ਸਕਦੇ ਹੋ। ਐਜ਼ ਲੋਂਗ ਐਜ਼ ਦੀ ਫਾਸਟ ਟਰੈਕ ਸਟੱਡੀ ਉਹ ਲੈਜੀਟੀਮੇਟ ਤਰੀਕੇ ਨਾਲ ਕੰਪਲੀਟ ਹੋਵੇ ਤੇ ਜਿਹੜੇ TR ਦੇ ਕ੍ਰਿਟੀਕਲ ਕੰਪੋਨੈਂਟ ਨੇ 16 ਮਹੀਨੇ ਦੀ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਤੇ ਘੱਟੋ ਘੱਟ 92 ਵੀਕ ਦਾ ਰਜਿਸਟਰ ਕੋਰਸ ਹੋਊਗਾ ਫਿਰ ਤੁਹਾਨੂੰ ਕੋਈ ਦਿੱਕਤ ਨਹੀਂ ਆਉਣੀ ਜੀ। ਜੀ ਬਿਲਕੁਲ ਜੀ, ਜੇਕਰ ਤੁਸੀਂ ਚਾਹੁੰਦੇ ਹੋ ਕਿ ਕੋਈ ਹੋਰ ਜਾਣਕਾਰੀ ਤੁਹਾਨੂੰ ਚਾਹੀਦੀ ਆ ਤਾਂ ਤੁਸੀਂ ਜ਼ਰੂਰ ਬਾਂਸਲ ਇਮੀਗ੍ਰੇਸ਼ਨ ਦੀ ਜਿਹੜੀ ਵੈਬਸਾਈਟ ਆ ਉਸ ਦੇ ਉੱਪਰ, ਤੇ ਮੈਂ ਫੇਰ ਕਹੂੰਗਾ ਕਿ ਟਿਕਟੌਕ ਤੇ ਜ਼ਰੂਰ ਜਿਹੜੀ ਨਿਗਾਹ ਰੱਖਿਓ, ਕਿਉਂਕਿ ਟਿਕਟੌਕ ਦੇ ਉੱਪਰ ਭਾਵੇਂ ਜਿਹੜੀਆਂ ਸ਼ਾਰਟ ਵੀਡੀਓਜ਼ ਹੁੰਦੀਆਂ ਨੇ ਪਰ ਜਾਣਕਾਰੀ ਜਿਹੜੀ ਉਹਦੇ ਤੇ ਬੜੀ ਮਹੱਤਵਪੂਰਨ ਹੁੰਦੀ ਆ ਜੀ ਬਾਂਸਲ ਇਮੀਗ੍ਰੇਸ਼ਨ ਦੀ ਟਿਕਟੌਕ ਦੇ ਉੱਪਰ। ਅੱਗੇ ਵੱਧਦੇ ਜੀ, ਉਹ ਕਹਿੰਦੇ ਕਿ ਮੈਂ ਬੈਚਲਰ ਆਫ ਇਨਫੋਰਮੇਸ਼ਨ ਦੀ ਸਟੱਡੀ ਕਰ ਰਿਹਾ ਜੀ ਤੇ ਜਿਹੜੀ ਮੇਰੀ ਸਟੱਡੀ ਆ ਉਹ ਸਤੰਬਰ ਦੇ ਵਿੱਚ ਕੰਪਲੀਟ ਹੋਣੀ ਹੈ ਜੀ, ਬਟ ਮੈਂ ਹੁਣ ਸੁਣਿਆ ਕਿ 1 ਜੁਲਾਈ ਤੋਂ ਜਿਹੜੀਆਂ ਐਕਸਟੈਂਸ਼ਨਸ ਨੇ ਉਹਦੇ ਲਈ ਤੁਸੀਂ ਅਪਲਾਈ ਨਹੀਂ ਕਰ ਸਕਦੇ ਜੀ। ਸੋ ਹੁਣ ਮੈਂ ਕੀ ਕਰ ਸਕਦਾ ਜੀ, ਜਾਂ ਉਹ ਕਹਿੰਦੇ ਵੀ ਮੈਂ ਕੀ ਇਸ ਆਪਣੀ ਸਟੱਡੀ ਨੂੰ ਛੇਤੀ ਫਿਨਿਸ਼ ਕਰਨ ਦੀ ਕੋਸ਼ਿਸ਼ ਕਰਾਂ ਉਹੀ ਫਾਸਟ ਟਰੈਕ ਪਾ ਕੇ ਇਸਨੂੰ? ਹਾਂਜੀ ਬਿਲਕੁਲ, ਜੇ ਤੁਹਾਡੀ ਯੂਨੀ ਅਲਾਓ ਕਰਦੀ ਹੈ, ਕਿਉਂਕਿ ਯੂ ਨੋਟ ਗੋਇੰਗ ਟੂ ਬੀ ਦਾ ਓਨਲੀ ਵਨ ਜਿਹੜੇ ਇਹਨਾਂ ਦੇ ਵਿੱਚ ਹੋਵੋਗੇ, ਤਾਂ ਮਤਲਬ ਕਿ ਬਹੁਤ ਜ਼ਿਆਦਾ ਬੱਚੇ ਇਹਨਾਂ ਕੰਡੀਸ਼ਨਾਂ ਦੇ ਵਿੱਚ ਲੰਘ ਰਹੇ ਨੇ ਤੇ ਲੱਕੀਲੀ ਯੂਨੀਅਨ ਤੇ ਕਾਲਜਿਸ ਆਰ ਦੇ ਟੂ ਹੈਲਪ, ਹੋਪਫੁਲੀ ਕਰ ਲੈਣਗੇ ਜੀ। ਤਾਂ ਡੈਫੀਨਿਟਲੀ ਜੇ ਤੁਹਾਨੂੰ ਐਕਸਟੈਂਡਡ ਨਹੀਂ TR ਮਿਲੂ ਘੱਟੋ ਘੱਟ 2 ਸਾਲ ਲਈ ਤਾਂ ਤੁਸੀਂ ਉਸ ਤੋਂ ਬਾਅਦ ਵੀ ਐਲੀਜੀਬਲ ਹੋਵੋਗੇ ਜੀ, ਬਸ਼ਰਤ ਜਿਹੜੀ ਤੁਹਾਡੀ ਏਜ ਆ ਉਹ 35 ਤੋਂ ਘੱਟ ਹੋਵੇ ਜੀ। ਜੀ ਅਗਲਾ ਸਵਾਲ ਹੈ ਜੀ, ਉਹ ਕਹਿੰਦੇ ਕਿ ਅਸੀਂ ਇੱਕ ਵਿਆਹੀ ਹੋਈ ਜੋੜੀ ਹੈ ਜੀ, ਕਹਿੰਦੇ ਕਰੰਟਲੀ ਅਸੀਂ ਟੈਂਪਰੇਰੀ ਰੈਜ਼ੀਡੈਂਟ ਆ ਜੀ ਤੇ ਮੈਂ ਪ੍ਰਾਇਮਰੀ ਐਪਲੀਕੈਂਟ ਆ ਤੇ ਮੈਂ ਆਪਦੀ MBA MPA ਦੀ ਜਿਹੜੀ ਸਟੱਡੀ ਹੈ ਜੀ ਉਹ ਹੋਮਸ ਤੋਂ ਕੀਤੀ ਹੈ ਜੀ, ਮੇਰੀ ਜਿਹੜੀ ਸਟੱਡੀ ਆ ਇਜ਼ ਨੋਟ ਐਲੀਜੀਬਲ ਟੂ ਅਪਲਾਈ ਫੋਰ TR ਐਕਸਟੈਂਸ਼ਨ ਜੀ, ਜਿਹੜਾ ਮੇਰਾ ਸਾਡਾ ਜਿਹੜਾ ਵੀਜ਼ਾ ਜੀ ਉਹ ਐਕਸਪਾਇਰ ਹੋ ਜਾਣਾ ਜੁਲਾਈ 2024 ਦੇ ਵਿੱਚ। ਉਹ ਕਹਿੰਦੇ ਕਿ ਹੁਣ ਸਾਡੇ ਕੋਲ ਕਿਹੜੇ ਵੀਜ਼ੇ ਦੀ ਆਪਸ਼ਨ ਆ? ਮੈਂ ਐਜ਼ ਅ ਸ਼ੈਫ ਕੰਮ ਕਰ ਰਿਹਾ ਪਿਛਲੇ 1.5 ਸਾਲ ਤੋਂ, ਪਰ ਜਿਹੜੀ ਮੇਰੀ ਸਟੱਡੀ ਆ ਉਹ ਕੁੱਕਰੀ ਦੇ ਰੈਲੀਵੈਂਟ ਨਹੀਂ ਹੈ ਜੀ। ਹਾਂਜੀ, ਜੇ ਤੁਹਾਡੇ ਕੋਲ ਰੈਲੀਵੈਂਟ ਸਟੱਡੀ ਨਹੀਂ ਹੈਗੀ ਪਰ ਅਸੀਂ 1.5 ਸਾਲ ਤੋਂ ਕੰਮ ਕਰ ਰਹੇ ਹੋ ਜੀ, ਤਾਂ ਜੁਲਾਈ ਤੋਂ ਬਾਅਦ ਤੁਸੀਂ ਟ੍ਰੇਨਿੰਗ ਵੀਜ਼ੇ ਲਈ ਐਲੀਜੀਬਲ ਹੋ ਸਕਦੇ ਹੋ 407 ਤੇ, ਜਿਹਦੀ ਰਿਕੁਆਇਰਮੈਂਟ ਆ ਕਿ ਤੁਹਾਡੇ ਕੋਲ ਪਿਛਲੇ 2 ਸਾਲ 1 ਸਾਲ 'ਚ ਰੈਲੀਵੈਂਟ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ। ਤਾਂ ਜੇ ਤੁਹਾਡੇ ਕੋਲ ਕੋਈ ਸਪੋਂਸਰ ਹੈਗਾ ਤਾਂ ਡੈਫੀਨਿਟਲੀ ਯੂ ਕੈਨ ਲੁੱਕ ਇਨ ਟੂ 407 ਵੀਜ਼ਾ ਜੀ, ਤਾਂ ਇਹ ਬੈਟਰ ਹੈ। ਜੇ ਨਹੀਂ ਤਾਂ ਅਦਰਵਾਈਜ਼ ਯੂ ਹੈਵ ਟੂ ਸਟੱਡੀ, ਆਈ ਥਿੰਕ ਸਟੱਡੀ ਵੀਜ਼ਾ ਹੀ ਪਾਣਾ ਤੁਹਾਡੇ ਕੋਲ ਆਪਸ਼ਨ ਰਹਿਣੀ ਹੈ ਜੀ। ਬਿਲਕੁਲ ਜੀ, ਅਗਲਾ ਸਵਾਲ, ਕਿਉਂਕਿ ਸਵਾਲ ਜਿਹੜੇ ਲਗਾਤਾਰ ਆ ਰਹੇ ਨੇ, ਸਵਾਲ ਇਸ ਲਈ ਵੀ ਜ਼ਰੂਰੀ ਨੇ ਦੋਸਤੋ, ਕਿਉਂਕਿ ਜਿਹੜੇ ਸਵਾਲ ਨੇ ਇਹ ਸਿਰਫ ਇਸ ਤਰੀਕੇ ਦਾ ਨਹੀਂ ਕਿ ਇਹਨਾਂ ਦਾ ਸਵਾਲ ਸਵਾਲ ਪੁੱਛਣ ਵਾਲੇ ਨਾਲ ਹੀ ਹੋਵੇ, ਇਸ ਦਾ ਸੰਬੰਧ ਹੈ ਜਿਹੜਾ ਉਹ ਬਹੁਤ ਸਾਰੇ, ਕਿਉਂਕਿ ਇਹ ਕਾਮਨ ਜਿਹੜੀ ਹੁੰਦੀ ਹੈ ਜੀ, ਜਿਹੜੀ ਸਿਚੁਏਸ਼ਨ ਹੁੰਦੀ ਆ ਉਹ ਹੋ ਸਕਦਾ ਤੁਹਾਡੇ ਨਾਲ ਦੇ ਨਾਲ ਤੁਹਾਡੇ ਹੋਰ ਕਿਸੇ ਭੈਣ ਭਾਈ ਦੇ ਉੱਪਰ ਵੀ ਹੋਵੇ, ਤੁਹਾਡੇ ਲਈ ਵੀ ਸਵਾਲ ਸੁਣਨੇ ਜ਼ਰੂਰੀ ਹੋ ਜਾਂਦੇ ਨੇ, ਕਿਉਂਕਿ ਹੋ ਸਕਦਾ ਅੱਜ ਤੁਸੀਂ ਉਸ ਸਿਚੁਏਸ਼ਨ ਦੇ ਵਿੱਚ ਨਾ ਹੋਵੋ, ਕੱਲ ਨੂੰ ਤੁਸੀਂ ਉਸ ਸਿਚੁਏਸ਼ਨ ਦੇ ਵਿੱਚ ਹੋ ਸਕਦੇ ਹੋ, ਜਾਂ ਤੁਹਾਡਾ ਕੋਈ ਜਾਣਕਾਰ ਉਸ ਸਿਚੁਏਸ਼ਨ ਦੇ ਵਿੱਚ ਹੋ ਸਕਦਾ ਜਿੱਥੇ ਇਹ ਰੈਲੇਵੈਂਟ ਹੋ ਜਾਵੇ ਸਵਾਲ। ਸੁਭਾਸ਼ ਸਾਹਿਬ, ਅਗਲਾ ਜਿਹੜਾ ਸਵਾਲ ਹੈ ਜੀ, ਉਹ ਕਹਿ ਰਹੇ ਕਿ ਮੈਂ ਕਰੰਟਲੀ ਸਟੂਡੈਂਟ ਵੀਜ਼ੇ ਤੇ ਹਾਂ
ਤੇ ਮੈਂ ਆਪਦੀ ਜਿਹੜੀ ਸਰਟੀਫਿਕੇਟ 3 ਤੇ ਸਰਟੀਫਿਕੇਟ 4 ਆ ਕਮਰਸ਼ਲ ਕੁਕਰੀ ਦੇ ਵਿੱਚ ਕੀਤਾ ਜੀ। ਮੇਰੀ ਜਿਹੜੀ ਸਟੱਡੀ ਆ ਜੀ ਉਹ ਰਜਿਸਟਰਡ ਸੀਗੀ ਮੋਰ ਦੈਨ 92 ਵੀਕਸ ਐਂਡ ਕਰੰਟਲੀ ਆਈ ਐਮ ਡੂਇੰਗ ਡਿਪਲੋਮਾ ਆਫ ਹੋਸਪਿਟੈਲਿਟੀ। ਮੇਰਾ ਜਿਹੜਾ ਸਟੂਡੈਂਟ ਵੀਜ਼ਾ ਉਹ ਵੈਲਿਡ ਹੈ ਜੀ ਅਗਲੇ ਸਾਲ ਅਗਸਤ 2025 ਤੱਕ ਜੀ। ਕੀ ਮੈਂ TR ਅਪਲਾਈ ਹੁਣੇ ਮੈਂ TR ਅਪਲਾਈ ਕਰ ਸਕਦਾ ਜੀ ਜਾਂ ਕੀ ਮੈਂ ਆਪਦਾ ਡਿਪਲੋਮਾ ਪੂਰਾ ਕਰਾਂ ਅਤੇ ਐਡਵਾਂਸ ਡਿਪਲੋਮੇ ਦੇ ਨਾਲ ਸਾਈਡ ਬਾਈ ਸਾਈਡ ਸਟਾਰਟ ਕਰ ਲਾਂ ਜੋਬ ਰੈਡੀ ਪ੍ਰੋਗਰਾਮ? ਹਰੀ ਗੁਰੂ ਸਾਹਿਬ ਦੇਖੋ ਇੱਕ ਦੋ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਹੈ ਜੀ ਕਿ TR ਦੀ ਰਿਕੁਆਇਰਮੈਂਟ ਚੇਂਜ ਹੋ ਚੁੱਕੀਆਂ ਨੇ ਜੀ। TR ਲਈ 6.5 ਬੈਲ ਓਵਰਆਲ ਚਾਹੀਦੇ ਨੇ, 57 PD ਦੇ ਵੀ ਚਾਹੀਦੇ ਨੇ ਜੀ, ਤੇ ਉਸ ਤੋਂ ਇਲਾਵਾ TR ਦੀ ਏਜ ਵੀ ਘਟਾ ਕੇ ਜੁਲਾਈ ਤੋਂ ਬਾਅਦ 35 ਸਾਲ ਕਰ ਦੇਣਗੇ ਜੀ। ਤਾਂ ਜੀ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਜੇ ਆਪਾਂ ਗੱਲ ਕਰੀਏ, ਜੇ ਤੁਹਾਡਾ ਉਮਰ ਦਾ ਕੋਈ ਕੰਸਰਨ ਨਹੀਂ ਤਾਂ ਇਟਸ ਐਡਵਾਈਜ਼ੇਬਲ ਕਿ ਤੁਸੀਂ ਆਪਣਾ ਜਿਹੜਾ ਜੋਬ ਰੈਡੀ ਨਾਲ ਦੀ ਨਾਲ ਕਰਨਾ ਸ਼ੁਰੂ ਕਰ ਦਵੋ ਜੀ, ਠੀਕ ਹੈ ਜੀ। ਜੇ ਤੁਹਾਨੂੰ ਇਹਨਾਂ ਚੀਜ਼ਾਂ ਕੰਸਰਨ ਹੈ ਤਾਂ ਡੈਫੀਨੇਟ ਤੁਹਾਨੂੰ ਹੁਣੀ TR ਅਪਲਾਈ ਕਰਨੀ ਚਾਹੀਦੀ ਹੈ ਜੀ। ਜੀ ਬਿਲਕੁਲ ਜੀ, ਕਿਉਂਕਿ ਕਈ ਚੀਜ਼ਾਂ ਇਹ ਜਿਵੇਂ ਤੁਹਾਡੇ ਸਵਾਲ ਦੇ ਵਿੱਚ ਬਹੁਤ ਸਾਰੀ ਡਿਟੇਲ ਸੀਗੀ, ਪਰ ਇਹ ਡਿਟੇਲ ਦੇ ਵਿੱਚ ਕਈ ਵਾਰੀ ਸਾਨੂੰ ਇਹ ਲੱਗਦਾ ਕਿ ਮੈਂ ਆਹ ਕਰਾਂ ਜਾਂ ਆਹ ਕਰਾਂ, ਜਿਵੇਂ ਕਿ ਤੁਹਾਡੇ ਕੁਐਸਚਨ ਦੀ ਪਤਾ ਲੱਗ ਰਿਹਾ ਥੋੜੀ ਜਿਹੀ ਕਨਫਿਊਜ਼ਨ ਹੈ, ਇਹ ਜਿਹੜੀ ਕਨਫਿਊਜ਼ਨ ਹੈ ਜੀ ਉਹ ਦੂਰ ਕਰ ਦੇਣੀ ਆ ਇਸ ਦਫ਼ਤਰ ਨੇ। ਬਾਂਸਲ ਇਮੀਗ੍ਰੇਸ਼ਨ ਦੇ ਦਫ਼ਤਰ ਦੇ ਵਿੱਚ ਤੁਸੀਂ ਫੋਨ ਕਰੋ, ਫੋਨ ਕਰਕੇ ਆਪਣੀ ਅਪਾਇੰਟਮੈਂਟ ਬਣਾ ਸਕਦੇ ਹੋ ਜੀ, ਤਾਂ ਕਿ ਜਿਹੜੀ ਤੁਹਾਨੂੰ ਤੁਹਾਡਾ ਜਿਹੜਾ ਰਾਹ ਨਾ ਉਹ ਸੌਖਾ ਹੋ ਜਾਵੇ, ਤੁਹਾਨੂੰ ਕਲੀਅਰ ਹੋ ਜਾਵੇ। ਕਿਉਂਕਿ ਹਾਲਾਂਕਿ ਮਤਲਬ ਐਡੇ ਲੈਂਥੀ ਤਰੀਕੇ ਨਾਲ ਸਵਾਲ ਪੁੱਛਿਆ ਨਾ, ਉਹ ਮੈਨੂੰ ਵੀ ਆਹੀ ਲੱਗਦਾ ਹੁੰਦਾ ਕਿ ਉਹ ਬੰਦੇ ਨੂੰ ਪਤਾ ਕਿ ਆਹ ਰਾਹ ਵੀ ਇੱਧਰ ਨੂੰ ਜਾਂਦਾ ਹੋ ਸਕਦਾ, ਆਹ ਰਾਹ ਮੈਨੂੰ ਪਤਾ ਮੈਂ ਕਦੇ ਇਸ ਰਾਹ ਵੀ ਗਿਆ ਸੀਗਾ। ਕਈ ਰਾਹ ਹੁੰਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਸ਼ੋਰ ਹੁੰਦਾ ਕਿ ਮੈਂ ਇਹਨਾਂ ਤਿੰਨਾਂ ਚਾਰਾਂ ਰਾਹਾਂ ਤੋਂ ਜਾਵਾਂ ਕਿਹੜੇ ਰਾਹ ਤੇ, ਪਰ ਇਸੇ ਲਈ ਹੀ ਜਿਹੜਾ ਨੈਵੀਗੇਸ਼ਨ ਹੈ ਜੀ ਉਹ ਕੰਮ ਕਰਦਾ। ਸੋ ਨੈਵੀਗੇਸ਼ਨ ਦਾ ਕੰਮ ਇਮੀਗ੍ਰੇਸ਼ਨ ਦੇ ਵਿੱਚ ਕਰਦੇ ਨੇ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟ। ਜੇਕਰ ਤੁਸੀਂ ਮੈਲਬਨ ਦੇ ਵਿੱਚ ਹੋ ਤਾਂ ਮੈਲਬਨ ਦੇ ਵਿੱਚ ਕੋਲਿੰਗ ਸਟਰੀਟ ਦੇ ਉੱਪਰ 8/278 ਇਸ ਬਿਲਡਿੰਗ ਦੇ ਵਿੱਚ ਤੁਸੀਂ ਆਓ, ਆ ਕੇ ਆਪਣੀ ਜਾਣਕਾਰੀ ਆ ਆਪਣੀ ਜਿਹੜੀ ਫਾਈਲ ਆ ਉਹ ਡਿਸਕਸ ਕਰ ਸਕਦੇ ਹੋ, ਕੇਸ ਆ ਜਿਹੜਾ ਤੁਸੀਂ ਉਹ ਡਿਸਕਸ ਕਰ ਸਕਦੇ ਹੋ। ਐਡੀਲੇਡ ਦੇ ਵਿੱਚ ਵੀ ਇਹਨਾਂ ਦਾ ਦਫ਼ਤਰ ਹੈ, ਪਰ ਓਵਰਆਲ ਆਸਟ੍ਰੇਲੀਆ ਦੇ ਵਿੱਚ ਇਹ ਸਾਰੇ ਜਿਹੜੇ ਇਮੀਗ੍ਰੇਸ਼ਨ ਮਾਮਲਿਆਂ ਨੂੰ ਲੈ ਕੇ ਤੁਹਾਡੀ ਹੈਲਪ ਕਰਦੇ ਨੇ। www.bansalimmigration.com.au ਤੇ ਜਾ ਕੇ ਤੁਸੀਂ ਆਪਣਾ ਕੋਈ ਸੁਨੇਹਾ, ਆਪਣਾ ਕੋਈ ਸਵਾਲ ਆ, ਆਪਣੀ ਕੋਈ ਅਪਾਇੰਟਮੈਂਟ ਬਣਾ ਸਕਦੇ ਹੋ। ਬਸ ਅੱਗੇ ਵਧਦੇ ਜੀ, ਉਹ ਕਹਿ ਰਹੇ ਕਿ ਮੈਂ PT ਦਾ ਜਿਹੜਾ ਐਗਜ਼ਾਮ ਹੈ ਉਹ ਦਿੱਤਾ ਸੀਗਾ, ਬਟ ਆਈ ਹੈਵਨਟ ਰਿਸੀਵਡ ਰਿਜ਼ਲਟ ਯੈਟ। ਜਦੋਂ ਹੁਣ ਮੈਂ ਪੀਅਰਸ ਨੂੰ ਜਿਹੜੇ ਪੀਅਰਸ ਨੇ ਉਹਨਾਂ ਨੂੰ ਕੰਟੈਕਟ ਕੀਤਾ ਜੀ, ਉਹ ਕਹਿੰਦੇ ਦੇ ਹੈ ਪੁੱਟ ਮਾਈ ਅਕਾਊਂਟ ਔਨ ਹੋਲਡ, ਇਹ ਕਹਿ ਕੇ ਕਿ ਜਿਹੜੀ ਮੇਰੀ ਫੀਸ ਆ ਜੀ ਪਿਛਲੇ ਜਿਹੜਾ ਮੈਂ ਕੀਤਾ ਸੀਗਾ ਪਿਛਲੇ ਵਾਰ ਦੀ ਜਿਹੜੀ ਮੇਰੀ ਫੀਸ ਆ ਉਹ ਹਜੇ ਪੈਂਡਿੰਗ ਪਈ ਆ। ਪਰ ਕਹਿੰਦਾ ਮੈਂ ਕਦੇ ਪਹਿਲਾਂ ਕੋਈ ਇਗਜ਼ਾਮ ਦਿੱਤਾ ਹੀ ਨਹੀਂ ਇਸ ਗੱਲ ਦਾ, ਐਂਡ ਹੁਣ ਕਹਿੰਦਾ ਮੈਂ ਨਾਓ ਆਈ ਐਮ ਅਨੇਬਲ ਟੂ ਕ੍ਰੀਏਟ ਅ ਨਿਊ ਅਕਾਊਂਟ ਫੋਰ PET ਜਿਹੜਾ ਮੇਰਾ ਏਜੰਟ ਹੈ ਜੀ, ਮਾਈ ਏਜੰਟ ਸੁਜੈਸਟਡ ਟੂ ਅਪਲਾਈ TR ਵਿਦਆਊਟ ਵੇਟਿੰਗ ਫੋਰ ਹਰ ਇੰਗਲਿਸ਼ ਸਕੋਰ। ਉਹ ਕਹਿੰਦੇ ਵੀ ਹੁਣ ਮੈਨੂੰ ਸਮਝ ਨਹੀਂ ਆ ਰਹੀ, ਮੈਂ ਆਪਦੀ ਏਜੰਟ ਦੀ ਸੁਣਾ, ਮੈਂ ਪੀਅਰਸਨ ਦੀ ਸੁਣਾ, ਮੈਂ PT ਦਾ ਐਗਜ਼ਾਮ ਦੇਵਾਂ ਜਾਂ ਮੈਂ ਆਪਦੀ ਉਹਦੀ ਰਿਜ਼ਲਟ ਦੀ ਵੇਟ ਕਰਾਂ? ਹਾਲੇ ਦੇਖੋ ਜੇ ਤੁਸੀਂ PT ਦਾ ਐਗਜ਼ਾਮ ਅਟੈਂਪਟ ਕਰ ਚੁੱਕੇ ਹੋ ਜੀ ਤਾਂ ਟੈਨਸ਼ਨ ਲੈਣ ਦੀ ਲੋੜ ਨਹੀਂ, ਯੂ ਕੈਨ ਅਪਲਾਈ ਫੋਰ TR। ਮਤਲਬ ਕਿ ਪਰ ਇਹੀ ਹੈ ਵੀ ਯੂ ਗੋਟ ਬੀ ਸ਼ੋਰ ਕਿ ਤੁਹਾਡੇ ਰਿਕੁਆਇਰਡ ਰਿਜ਼ਲਟ ਆ ਜਾਵੇਗਾ। ਤਾਂ ਜੇ ਤੁਹਾਡੇ ਕੋਲ ਕੋਈ ਵੀ TR ਦੇ ਲਈ ਕੋਈ ਵੀ ਟਾਈਮ ਕੰਸਟ੍ਰੇਂਟ ਨਹੀਂ ਹੈਗਾ, ਕੋਈ ਏਜ ਲਿਮਿਟ ਨਹੀਂ, ਕੋਈ ਏਜ ਨਹੀਂ ਆ ਰਹੀ ਜਾਂ ਕੋਈ ਟਾਈਮ ਪੀਰੀਅਡ ਤੁਹਾਡਾ ਨਹੀਂ ਲੱਗ ਰਿਹਾ, ਤਾਂ ਇਟ ਇਜ਼ ਐਡਵਾਈਜ਼ੇਬਲ ਕਿ ਤੁਸੀਂ PSN ਨਾਲ ਕੰਟੈਕਟ ਕਰਦੇ ਰਹੋ ਤੇ ਜਦੋਂ ਰਿਜ਼ਲਟ ਆ ਜੇ ਉਸ ਤੋਂ ਬਾਅਦ ਹੀ ਲਾਂਚ ਕਰੋ। ਬਟ TR ਜਿਹੜੀ ਬੇਸਿਕ ਇਨਹੈਰੈਂਟ ਰਿਕੁਆਇਰਮੈਂਟ ਹੈ, ਯੂ ਮਸਟ ਹੈਵ ਅਟੈਂਪਟਡ ਦਾ ਐਗਜ਼ਾਮ। ਤਾਂ ਜੇ ਐਗਜ਼ਾਮ ਅਟੈਂਪਟ ਕਰ ਰੱਖਿਆ ਤਾਂ ਵੀ ਡੋਂਟ ਨੀਡ ਟੂ ਵੇਟ ਫੋਰ ਦੀ ਰਿਜ਼ਲਟ, ਪਰ ਜੇ ਰਿਜ਼ਲਟ ਨਾ ਆਇਆ ਦੈਨ ਇਟ ਵਿਲ ਬੀ 0, ਤੁਹਾਡੀ TR ਰਿਫਿਊਜ਼ ਹੋ ਜਾਊਗੀ ਤੇ ਤੁਹਾਨੂੰ 80 ਦੇ ਵਿੱਚੋਂ ਵੀ ਕੋਈ ਚਾਂਸ ਨਹੀਂ ਮਿਲਣਾ ਜੀ। ਬਿਲਕੁਲ ਜੀ, ਮੈਂ ਇੱਕ ਵਾਰੀ ਫੇਰ ਉਹੀ ਗੱਲ ਜੀ, ਕਿਉਂਕਿ ਪਹਿਲਾਂ ਵੀ ਮੇਰੀ ਇਹੀ ਗੱਲ ਸੀਗੀ ਕਿ ਵਾਰ ਵਾਰ ਮੈਂ ਤੁਹਾਨੂੰ ਕਹਿੰਦਾ ਕਿ ਨੀਮ ਹਕੀਮ ਖਤਰਾ ਜਾਣ,
ਤੁਸੀਂ ਕਿਸੇ ਅਜਿਹੇ ਵਕੀਲ ਕੋਲ ਅਜਿਹੇ ਡਾਕਟਰ ਕੋਲ ਨਾਪਾਸ ਦਿਓ ਜਿਹੜਾ ਤੁਹਾਡੀ ਜਿਹੜੀ ਬਿਮਾਰੀ ਆ ਉਸ ਨੂੰ ਨਾ ਮੁਰਾਦ ਬਣਾ ਦੇਵੇ। ਇਸ ਤੋਂ ਪਹਿਲਾਂ ਕਿ ਜੇਕਰ ਤੁਹਾਨੂੰ ਲੱਗਦਾ ਕਿ ਇਸ ਡਾਕਟਰ ਨੂੰ ਮੇਰੀ ਬਿਮਾਰੀ ਨਹੀਂ ਸਮਝ ਆਉਂਦੀ, ਡਾਕਟਰ ਚੇਂਜ ਕਰ ਦਿਓ। ਇਹਦੇ ਵਿੱਚ ਕੋਈ ਜਿਹੜਾ ਉਹਦੇ ਵਿੱਚ ਕੋਈ ਹਰਜਾਨੇ ਵਾਲੀ ਗੱਲ ਨਹੀਂ ਹੁੰਦੀ। ਸੋ ਜੇਕਰ ਤੁਸੀਂ ਵੀ ਚਾਹੁੰਦੇ ਹੋ ਤੁਹਾਡਾ ਵੀ ਕੇਸ ਆ ਜਿਹੜਾ ਉਹ ਸਹੀ ਹੱਥਾਂ ਦੇ ਵਿੱਚ ਹੋਵੇ, ਸਹੀ ਜਾਣਕਾਰੀ ਤੁਹਾਨੂੰ ਚਾਹੀਦੀ ਆ, ਤੁਸੀਂ ਬਾਂਸਲ ਇਮੀਗ੍ਰੇਸ਼ਨ ਦੇ ਹੈੱਡ ਆਫਿਸ ਜਿੱਥੇ ਕਿ ਹੁਣ ਅਸੀਂ ਬੈਠੇ ਲਾਈਵ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ। ਐਡਰੈਸ ਹੈ ਜੀ 8/278 ਕੋਲਿਨ ਸਟ੍ਰੀਟ ਮੈਲਬਰਨ। ਤੇ ਜੇਕਰ ਤੁਸੀਂ ਐਡੀਲੇਡ ਦੇ ਵਿੱਚੋਂ ਤਾਂ ਐਡੀਲੇਡ ਦੇ ਵਾਲੇ ਦਫ਼ਤਰ ਦੇ ਵਿੱਚ ਜਾ ਸਕਦੇ ਹੋ। ਵਧੇਰੇ ਜਾਣਕਾਰੀ ਦੇ ਲਈ 0406-660-960 ਇਸ ਨੰਬਰ ਤੇ ਤੁਸੀਂ ਫੋਨ ਕਰ ਸਕਦੇ ਹੋ। ਆਪਣੀ ਜੇਕਰ ਅਪਾਇੰਟਮੈਂਟ ਬਣਾਉਣੀ ਹੈ ਜਾਂ ਹੋਰ ਤੁਹਾਨੂੰ ਲੱਗਦਾ ਕਿ ਮੇਰੇ ਕੋਲ ਸਟੂਡੈਂਟ ਤੋਂ ਇਲਾਵਾ ਕੋਈ ਹੋਰ ਮਸਲਾ ਹੈ ਜੀ, www.bansalimmigration-consultant.com.au ਤੇ ਜਾ ਕੇ ਜਿਹੜੀ ਜਾਣਕਾਰੀ ਆ ਤੁਸੀਂ ਲੈ ਸਕਦੇ ਹੋ ਜੀ। ਦੋਸਤੋ ਕਿਉਂਕਿ ਅੱਜ ਦਾ ਪ੍ਰੋਗਰਾਮ ਸੀ ਜਿਹੜਾ ਉਹ 485 ਵੀਜ਼ੇ ਦੇ ਨਾਲ ਸੀਗੇ, ਤੁਹਾਡੇ ਬਹੁਤ ਸਾਰੇ ਸਵਾਲ ਇਸੇ ਨਾਲ ਸੰਬੰਧਿਤ ਆਏ ਸੀਗੇ ਕਿ ਜਦੋਂ ਉਮਰ ਹੁਣ ਘਟਾ ਕੇ ਇਹਨਾਂ ਨੇ 35 ਕਰ ਦਿੱਤੀ ਹੈ ਜੀ, ਉਹ 35 ਦੀ ਜਿਹੜੀ ਏਜ ਬ੍ਰੈਕਟ ਦਾ ਹੁਣ ਤੁਹਾਡੇ 'ਤੇ ਕੀ ਅਸਰ ਹੋਣਾ, ਕੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਸ ਦਾ ਅਸਰ ਆ ਉਹ ਦੇਖਣ ਨੂੰ ਮਿਲੂਗਾ, ਬਿਲਕੁਲ ਦੇਖਣ ਨੂੰ ਮਿਲੂਗਾ। ਪਰ ਹੱਲ ਕੀ ਆ ਉਹ ਹੱਲ ਤੁਹਾਨੂੰ ਦੱਸਣਗੇ ਮਿਸਟਰ ਅਜੇ ਬਾਂਸਲ। ਬਸ ਸਮਾਂ ਜ਼ਿਆਦਾ ਤੁਹਾਡਾ ਨਹੀਂ ਲਵਾਂਗਾ ਜੀ। ਇੱਕ ਹੋਰ ਸਵਾਲ ਮੈਨੂੰ ਮੇਰਾ ਜੀ ਜਿਹੜਾ ਦੋਸਤ ਹੈ ਜੀ, ਕਿਉਂਕਿ ਬਹੁਤ ਸਾਰੇ ਦੋਸਤਾਂ ਨੂੰ ਇਹ ਹੁੰਦਾ ਕਿ ਯਾਰ ਬੁੱਧਵਾਰ ਵਾਲੇ ਦਿਨ ਦੀ ਅਸੀਂ ਵੇਟ ਕਰ ਲਾਂਗੇ, ਢਿੱਲੋਂ ਤੂੰ ਜਾਈ ਜਾ ਕੇ ਸਾਡਾ ਜਿਹੜਾ ਸਵਾਲ ਪੁੱਛ ਲਈ, ਫੋਨ ਤੇ ਸਾਨੂੰ ਸਮਝਾਉਣਾ ਔਖਾ ਹੋ ਜਾਂਦਾ। ਹੁਣ ਮੇਰਾ ਇੱਕ ਦੋਸਤ ਮੈਲਬਰਨ ਦੇ ਸਾਊਥ ਈਸਟ ਦੇ ਕਸਬੇ ਡੈਂਡੀਨੋਂਗ ਦੇ ਵਿੱਚ ਰਹਿੰਦਾ, ਉੱਥੇ ਉਹਦਾ ਆਪਦਾ ਕੈਫੇ ਆ ਜੀ। ਉਹ ਕਹਿੰਦਾ ਮੈਂ ਆਪਦੇ ਇੱਕ ਕਿਸੇ ਇੰਪਲੋਈ ਨੂੰ ਨੋਮੀਨੇਟ ਕਰਨਾ ਜੀ, ਹੁਣ ਮੇਰੀ ਟਰਨਓਵਰ ਕਿੰਨੀ ਹੋਣੀ ਚਾਹੀਦੀ ਆ? ਦੇਖੋ ਜੀ, ਇਹਦੇ ਟਰਨਓਵਰ ਨਹੀਂ ਮੈਟਰ ਕਰਦੀ, ਟਰਨ ਮੈਟਰ ਕਰਦੀ ਤੁਹਾਨੂੰ ਤੁਹਾਡੀ ਬਿਜ਼ਨਸ ਦੀ ਫਾਈਨੈਂਸ਼ੀਅਲ ਵਾਇਬਿਲਿਟੀ ਕਿੰਨੀ ਹੈ ਜੀ। ਕੈਫੇ ਦੀ ਆਪਾਂ ਗੱਲ ਕਰੀਏ, ਤਕਰੀਬਨ 3 ਲੱਖ ਤੋਂ ਪਲੱਸ ਦੀ ਤੁਹਾਡੀ ਟਰਨਓਵਰ ਹੈਗੀ ਆ। ਦੈਨ ਡਿਪੈਂਡਿੰਗ ਔਨ ਦਾ ਨੰਬਰ ਆਫ ਸਟਾਫ ਤੇ ਤੁਹਾਡੀ ਵਾਇਬਿਲਿਟੀ ਕੀ, ਤੁਸੀਂ ਜਿਹੜੇ ਨੂੰ ਸਪੋਂਸਰ ਕਰ ਰਹੇ ਹੋ ਤੁਹਾਡਾ ਬਿਜ਼ਨਸ ਅਗਲੇ 2 ਸਾਲ ਸਪੋਰਟ ਵੀ ਕਰ ਸਕਦਾ, ਫਿਰ ਕੋਈ ਦਿੱਕਤ ਨਹੀਂ ਹੈਗੀ ਜੀ। ਪਰ ਹੁਣ ਜੇ ਟਰਨਓਵਰ $1 million ਆ ਬਟ ਤੁਹਾਡਾ ਖਰਚੇ ਬਹੁਤ ਜ਼ਿਆਦਾ ਨੇ, ਪ੍ਰੋਫਿਟ ਨਹੀਂ ਨਿਕਲ ਰਿਹਾ, ਲੋਸ ਚੱਲ ਰਿਹਾ, ਫਿਰ ਅਸੀਂ $1 million ਦੇ ਟਰਨਓਵਰ ਨਾਲ ਵੀ ਨਹੀਂ ਕਰ ਸਕਦੇ। ਹੁਣ ਅਸੀਂ ਇੱਕ ਟਾਇਲਰ ਨੂੰ ਸਪੋਂਸਰ ਕਰ ਰਹੇ ਹਾਂ, ਉਹਨਾਂ ਟਰਨਓਵਰ ਮਸਾ 2-2.5 ਲੱਖ ਦਾ, ਪਰ ਉਹਦੇ 2 ਹੀ ਇੰਪਲੋਈ ਨੇ, ਤਾਂ ਦੇਰ ਇਜ਼ ਦਾ ਜੈਨੂਇਨ ਨੀਡ ਫਾਰ ਦਾ ਪੀਪਲ, ਦੇ ਹੈਵ ਅਨਫ ਵਰਕ ਕਿ ਉਹ ਟਾਇਲਰ ਨੂੰ ਅਗਲੇ 2 ਸਾਲ ਲਈ ਸਪੋਰਟ ਕਰ ਸਕਦਾ। ਤਾਂ ਇਹਦੀ ਡਿਪੈਂਡਿੰਗ ਅਪੋਨ ਜਿਹੜੇ ਜੈਨੂਇਨਲੀ ਤੁਹਾਡੇ ਕੋਲ ਕਿੰਨਾ ਟਰਨਓਵਰ ਤੇ ਜੈਨੂਇਨ ਤੁਸੀਂ ਇੰਪਲੋਈ ਨੂੰ ਕਿੰਨੇ ਚਿਰ ਲਈ ਸਪੋਰਟ ਕਰ ਸਕਦੇ ਹੋ ਜੀ, ਉਸ ਚੀਜ਼ ਦੇ ਮੈਟਰ ਕਰਦਾ ਜੀ। ਬਿਲਕੁਲ, ਸੋ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ, ਸਿਰਫ ਸਿੱਧਮ ਸਿੱਧਾ ਨਹੀਂ ਹੁੰਦਾ ਕਿ ਮੇਰਾ ਇੱਕ ਕੈਫੇ ਆ, ਕੈਫੇ ਦੇ ਵਿੱਚ ਮੇਰੇ ਕੋਲ 4 ਬੰਦੇ ਕੰਮ ਕਰਦੇ ਨੇ, 4 ਚੋਂ 1 ਨੂੰ ਮੈਂ ਜਿਹੜੀ ਆ ਨੋਮੀਨੇਟ ਕਰਨਾ, ਇੰਨਾ ਕਿ ਮੇਰਾ ਟਰਨਓਵਰ ਆ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਫੈਕਟਸ ਹੁੰਦੇ ਨੇ, ਫਿਗਰਸ ਹੁੰਦੀਆਂ ਨੇ ਜਿਹੜੀਆਂ ਕੈਲਕੂਲੇਟ ਕਰਦਾ ਡਿਪਾਰਟਮੈਂਟ। ਸੋ ਇਹਨਾਂ ਸਾਰੀਆਂ ਫਿਗਰਸ ਐਂਡ ਫੈਕਟਸ ਨੂੰ ਲੈ ਕੇ ਜੇਕਰ ਤੁਹਾਡਾ ਕੋਈ ਕਨਫਿਊਜ਼ਨ ਹੈ, ਤੁਹਾਡਾ ਕੋਈ ਸਵਾਲ ਹੈ, ਜ਼ਰੂਰ ਤੁਸੀਂ ਬਾਂਸਲ ਇਮੀਗ੍ਰੇਸ਼ਨ ਦੇ ਦਫ਼ਤਰ ਦੇ ਵਿੱਚ ਆ ਕੇ ਇਹਨਾਂ ਨੂੰ ਮਿਲ ਸਕਦੇ ਹੋ। ਬਸ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ। ਦਰਸ਼ਕੋ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਅਸੀਂ ਤੁਹਾਨੂੰ ਫਿਰ 490 ਬੁੱਧਵਾਰ ਨੂੰ ਮਿਲਾਂਗੇ ਇਸੇ ਤਰੀਕੇ ਦੇ ਨਾਲ ਲਾਈਵ, ਹੋਰ ਬਹੁਤ ਸਾਰੀਆਂ ਜਾਣਕਾਰੀਆਂ ਲੈ ਕੇ, ਨਵੀਆਂ ਅਪਡੇਟਸ ਲੈ ਕੇ ਤੁਹਾਡੇ ਤੱਕ ਪਹੁੰਚਾਂਗੇ। ਬੋਲ ਪੰਜਾਬੀ ਨੂੰ ਤੁਸੀਂ ਪਿਆਰ ਦੇ ਰਹੇ ਹੋ, ਬਾਂਸਲ ਇਮੀਗ੍ਰੇਸ਼ਨ ਤੱਕ ਤੁਹਾਡੇ ਜਿਹੜੇ ਸੁਨੇਹੇ ਪਹੁੰਚਾਉਣ ਦੀ ਜ਼ਿੰਮੇਵਾਰੀ ਤੁਸੀਂ ਸਾਨੂੰ ਦਿੱਤੀ ਹੈ। ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਜਿਵੇਂ ਸੁਨੇਹੇ ਸਾਨੂੰ ਮਿਲਦੇ ਨੇ ਉਸੇ ਤਰੀਕੇ ਦੇ ਨਾਲ ਅਸੀਂ ਉਹ ਜਿਹੜੇ ਸੁਨੇਹੇ ਨੇ, ਸਵਾਲ ਨੇ ਪੜ੍ਹ ਕੇ ਅਸੀਂ ਐਕਸਪਰਟ ਤੋਂ ਉਹਨਾਂ ਦੀ ਰਾਏ ਪੁੱਛੀਏ, ਤੁਹਾਡੇ ਤੱਕ ਜਿਹੜੀ ਰਾਏ ਆ ਉਹ ਜਵਾਬ ਦੇ ਰੂਪ ਵਿੱਚ ਪਹੁੰਚਦੀ ਕਰੀਏ। ਬਸ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਸਮਾਂ ਕੱਢ ਕੇ ਤੁਸੀਂ ਸਾਡੇ ਨਾਲ ਦਰਸ਼ਕਾਂ ਤੱਕ ਜਿਹੜੀ ਸਹੀ ਜਾਣਕਾਰੀ ਪਹੁੰਚਾਉਣ ਦੇ ਵਿੱਚ ਸਾਡੀ ਮਦਦ ਕਰਦੇ ਹੋ ਜੀ। ਸੋ ਦੋਸਤੋ, ਜੇਕਰ ਤੁਹਾਨੂੰ ਅੱਜ ਦਾ ਇਹ ਲਾਈਵ ਵਧੀਆ ਲੱਗਿਆ ਜੀ, ਤੁਸੀਂ ਇਸ ਨੂੰ ਸ਼ੇਅਰ ਕਰ ਸਕਦੇ ਹੋ, ਕਿਉਂਕਿ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀਆਂ ਜਾਣਕਾਰੀਆਂ ਕਦੇ ਕਦੇ ਸਾਨੂੰ ਆਸੇ ਪਾਸੋਂ ਨਹੀਂ ਮਿਲਦੀਆਂ। ਹੋ ਸਕਦਾ ਇਸ ਲਾਈਵ ਦੇ ਵਿੱਚੋਂ ਕਿਸ
ਕਿਸੇ ਇੱਕ ਦਾ ਭਲਾ ਹੋ ਜਾਏ, ਸੋ ਕਰ ਭਲਾ ਹੋ ਭਲਾ, ਤੁਸੀਂ ਜੁੜੇ ਰਹੋ ਬੋਲ ਪੰਜਾਬੀ ਨੂੰ ਦੇ ਨਾਲ, ਤੁਹਾਨੂੰ ਮਿਲਾਂਗੇ ਅਗਲੇ ਲਾਈਵ ਸੈਸ਼ਨ ਦੇ ਵਿੱਚ। ਤਦ ਤੱਕ ਦੇ ਲਈ ਰੱਬ ਰਾਖਾ, ਧੰਨਵਾਦ, ਸਤਿ ਸ਼੍ਰੀ ਅਕਾਲ।